ਸਿੰਘ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਵਕਤ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ, ਜਿੱਥੋਂ ਕਿ ਜਿਸ ਰਸਤੇ ਦੇ ਵਿੱਚ ਅਸੀਂ ਇਸ ਵਕਤ ਖੜ੍ਹੇ ਹਾਂ ਇਹ ਗੁਰਦੁਆਰਾ ਕੰਗਨ ਘਾਟ ਨੂੰ ਜਾਂਦਾ। ਸੋ ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਅਸੀਂ ਖੜ੍ਹੇ ਹਾਂ ਅਤੇ ਬੇਇੰਤਹਾ ਰੌਣਕਾਂ, ਪੂਰੀ ਚਹਿਲ ਪਹਿਲ ਇਸ ਵਕਤ ਅਸੀਂ ਦੇਖ ਸਕਦੇ ਹਾਂ। ਇੱਥੇ ਸੜਕ ਦੇ ਦੋਨੋਂ ਪਾਸੇ ਹੀ ਸੰਗਤਾਂ ਆ ਜਾ ਰਹੀਆਂ ਨੇ। ਇੱਥੇ ਐਵੇਂ ਲੱਗ ਰਿਹਾ ਪੂਰਾ ਇੱਥੇ ਮੇਲੇ ਦਾ ਮਾਹੌਲ ਸਾਨੂੰ ਇੱਥੇ ਨਜ਼ਰ ਆ ਰਿਹਾ। ਸੋ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਨੇ, ਸੋ ਉਹ ਚੱਲ ਕੇ ਕੰਗਨ ਘਾਟ ਜੋ ਕਿ ਸਭ ਤੋਂ ਨਜ਼ਦੀਕ ਤਖ਼ਤ ਸਾਹਿਬ ਦੇ ਸਥਾਨ ਹੈ, ਉੱਥੇ ਦਰਸ਼ਨ ਕਰਨ ਸੰਗਤਾਂ ਜਾਂਦੀਆਂ ਨੇ। ਸੋ ਐਵੇਂ ਵੀ ਸੰਗਤ ਜੀ ਮਹਿਸੂਸ ਹੁੰਦਾ ਕਿ ਸ਼ਾਇਦ ਉਹੀ ਰਸਤਾ ਹੋਏਗਾ ਜਿੱਥੋਂ ਦੀ ਮਹਾਰਾਜ ਅਕਸਰ ਗੁਜ਼ਰਦੇ ਹੋਣਗੇ ਬਾਲ ਰੂਪ ਦੇ ਵਿੱਚ, ਬਾਲਾ ਪ੍ਰੀਤਮ ਦੇ ਰੂਪ ਵਿੱਚ, ਕਿਉਂਕਿ ਇਹ ਜੋ ਮੌਜੂਦਾ ਤਖ਼ਤ ਸਾਹਿਬ ਹੈ ਇਹੀ ਘਰ ਹੁੰਦਾ ਸੀ ਜਿੱਥੇ ਮਹਾਰਾਜ ਸਾਲਚਰਾਏ ਜੋਹਰੀ ਦੀ ਜਿਹੜੀ ਹਵੇਲੀ ਸੀ, ਜਿੱਥੇ ਗੁਰੂ ਪਰਿਵਾਰ ਠਹਿਰਿਆ ਹੋਇਆ ਸੀ, ਅਤੇ ਮਾਤਾ ਗੁਜਰੀ ਜੀ ਦੀ ਖੂਹੀ ਵੀ ਉੱਥੇ ਮੌਜੂਦ ਹੈ। ਅਤੇ ਹੁਣ ਮਹਾਰਾਜ ਖੇਡਣ ਵਾਸਤੇ ਜਾਂਦੇ ਨੇ ਅਤੇ ਕਦੀ ਗੁਲੇਲਿਆਂ ਦੇ ਨਾਲ ਮਟਕੇ ਭੰਨਦੇ ਨੇ, ਕਿਉਂਕਿ ਜਲ ਲੈ ਲਾਉਂਦੀਆਂ ਸਨ ਜਿਹੜੀਆਂ ਬੀਬੀਆਂ, ਉਹਨਾਂ ਦੇ ਨਾਲ ਇੱਦਾਂ ਦੇ ਚੋਜ ਕਰਦੇ। ਮਾਤਾ ਜੀ ਨੇ ਗਾਗਰਾਂ ਲੈ ਦਿੱਤੀਆਂ ਅਤੇ ਪਾਤਸ਼ਾਹ ਨੇ ਫਿਰ ਤੀਰ ਮਾਰ ਕੇ ਗਾਗਰਾਂ ਦੇ ਵਿੱਚ ਛੇਕ ਕਰ ਦੇਣੇ। ਸੋ ਇੱਦਾਂ ਦੀਆਂ ਅਟਕੇਲੀਆਂ ਇਹਨਾਂ ਦੇ ਬਾਲ ਚੋਜ ਜਿਹੜੇ ਨੇ ਇਸ ਧਰਤੀ 'ਤੇ ਇਸ ਪਾਸੇ ਮਹਾਰਾਜ ਜੀਆਂ ਨੇ ਕੀਤੇ। ਕੰਗਨ ਘਾਟ ਜਿਸ ਦਾ ਕਿ ਨਾਮ ਹੀ ਆਪਾਂ ਸਾਰੇ ਜਾਣਦੇ ਹਾਂ ਕਿ ਕੰਗਨ ਮਹਾਰਾਜ ਜੀਆਂ ਨੇ ਜੋੜਾ ਭੇਟ ਕੀਤਾ ਸੀ ਗੰਗਾ ਜੀ ਦੇ ਵਿੱਚ। ਸੋ ਇਹ ਸਾਰਾ ਇਤਿਹਾਸ ਅਤੇ ਇਹਨਾਂ ਗਲੀਆਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ। ਸੋ ਜਿੱਥੇ ਕਿ ਇਸ ਵਕਤ ਆਪਾਂ ਖੜ੍ਹੇ ਹਾਂ, ਸੋ ਪਟਨੇ ਸ਼ਹਿਰ ਦੀਆਂ ਇਹਨਾਂ ਗਲੀਆਂ ਦੇ ਵਿੱਚ ਬੇਅੰਤਹਾ ਰੌਣਕਾਂ ਲੱਗੀਆਂ ਹੋਈਆਂ ਨੇ। ਪੂਰੀ ਦੇਸ਼ ਦੁਨੀਆ ਤੋਂ ਇਸ ਵਕਤ ਸੰਗਤਾਂ ਪਹੁੰਚੀਆਂ ਹੋਈਆਂ ਨੇ। ਸੋ ਸੰਗਤਾਂ ਦੇ ਮਨਾਂ ਦੇ ਵਿੱਚ ਬੜਾ ਚਾਅ ਆ, ਖੁਸ਼ੀ ਹੈ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ। ਸੋ ਇੱਥੇ ਸਾਹਮਣੇ ਇੱਕ ਮਸਜਿਦ ਵੀ ਮੌਜੂਦ ਹੈ ਜਿਹੜੀ ਤਖ਼ਤ ਸਾਹਿਬ ਦੇ ਇੱਕ ਬਾਹੀ ਦੇ ਉੱਤੇ। ਸੋ ਇਹ ਵੱਖ ਵੱਖ ਧਰਮਾਂ ਦਾ ਸੁਮੇਲ ਆਪਾਂ ਕਹਿ ਸਕਦੇ ਹਾਂ ਪਟਨਾ ਸਾਹਿਬ ਦੀ ਧਰਤੀ 'ਤੇ, ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ। ਇਸ ਵਕਤ ਆਪਾਂ ਦੇਖ ਰਹੇ ਹਾਂ ਬਿਲਕੁਲ ਸਾਹਮਣੇ ਜੋ ਹੈ ਇੱਕ ਮਸਜਿਦ ਹੈ ਅਤੇ ਜਿਸ ਦੀ ਦੀਵਾਰ ਕੇ ਪਿੱਛੇ ਤਖ਼ਤ ਸਾਹਿਬ ਦੇ ਨਾਲ ਹੀ ਜਾ ਕੇ ਲੱਗਦੀ ਹੈ। ਸੋ ਬੜਾ ਪੁਰਾਤਨ ਨਗਰ ਹੈ ਪਟਨਾ, ਬੜਾ ਲੰਬਾ ਚੌੜਾ ਇਤਿਹਾਸ ਮੌਜੂਦ ਹੈ। ਮਿਹਨਤ ਇੱਥੇ ਹੀ ਆ ਉਹ ਇੱਥੋਂ ਤਖ਼ਤ ਸਾਹਿਬ, ਇਹ ਤਖ਼ਤ ਸਾਹਿਬ ਦਾ ਮੁੱਖ ਦੁਆਰ ਦਰਸ਼ਨੀ ਡਿਉੜੀ। ਸੋ ਬਿਲਕੁਲ ਨਜ਼ਦੀਕ ਦੋਨੋਂ ਅਸਥਾਨ ਨੇ। ਸੋ ਦਿਓਰਾ ਮਸੀਤ ਸੋਈ ਪੂਜਾ ਉਹ ਨਿਵਾਸ ਹੋਈ। ਸੋ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਉਪਦੇਸ਼, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਉਹ ਗਿਆਨ ਜੋ ਕਿ ਉਹਨਾਂ ਨੇ ਬਖਸ਼ਿਸ਼ ਕੀਤਾ। ਸੋ ਪਟਨਾ ਸ਼ਹਿਰ ਦੇ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਦੀਆਂ ਰੌਣਕਾਂ, ਉਹਨਾਂ ਦੇ ਮਨਾਂ ਦੇ ਚਾਹ। ਸੋ ਸੰਤ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਅੱਜ ਸਟੇਜ ਤੇ ਕਿੰਨੀ ਬਖਸ਼ਿਸ਼ ਹੈ। ਦੇਖੋ ਪੰਥਕ ਦਲ, ਪਰਲਾ ਦਲ, ਬੁੱਢਾ ਦਲ, ਵਿਧੀ ਚੰਦ ਸੱਪਰ ਦਾ
ਸਰਦਾਰ ਦਲ ਸੰਪਰ ਦਾ ਅਤੇ ਸਾਡੇ ਮੁੱਖ ਪ੍ਰਵੇਸ਼ ਦੁਆਰ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਉਸਦੇ ਸਨਮੁੱਖ ਇਸ ਵਕਤ ਆਪਾਂ ਖੜ੍ਹੇ ਹਾਂ। ਆਪਾਂ ਦੇਖ ਸਕਦੇ ਹਾਂ ਕਿ ਕਿੰਨੀ ਸੰਗਤਾਂ ਦੀ ਇੱਥੇ ਚਹਿਲ ਪਹਿਲ ਹੈ, ਭਾਰੀ ਉਤਸ਼ਾਹ, ਸਾਰੇ ਹੀ ਚਾਹੇ ਕੋਈ ਬਿਹਾਰ ਦਾ ਹੈ ਅਤੇ ਚਾਹੇ ਕੋਈ ਬੰਗਾਲ ਦਾ, ਚਾਹੇ ਕੋਈ ਪੰਜਾਬ ਦਾ, ਸੋ ਸਾਰੀਆਂ ਸੰਗਤਾਂ ਜਿਹੜੀਆਂ ਆਈਆਂ ਨੇ, ਸੋ ਹਰ ਇੱਕ ਪਿਆਰ ਲੈ ਕੇ ਆਈਆਂ ਨੇ, ਸੋ ਪਿਆਰ ਇਸ ਵਕਤ ਸਾਡੇ ਸਾਹਮਣੇ। ਉਸ ਪਿਆਰ ਨੂੰ ਅਸੀਂ ਆਪ ਸੰਗਤਾਂ ਦੇ ਨਾਲ ਉੱਥੇ ਸਾਂਝਾ ਕਰਦੇ ਪਏ ਹਾਂ। ਸੋ ਪਰਵਾਂ ਇਕੱਠ ਇਸ ਵਕਤ, ਸੋ ਬੜੇ ਪਿਆਰ ਦੇ ਨਾਲ ਪ੍ਰਬੰਧ ਕੀਤੇ ਹੋਏ ਨੇ ਜਿਹੜੇ ਸਿੱਖ ਯਾਤਰੂ ਦੂਰੋਂ ਨੇੜਿਓਂ ਆਏ ਨੇ ਉਹਨਾਂ ਦਾ, ਕਿਉਂਕਿ ਸਿੱਖੀ ਸਰੂਪ ਤੋਂ ਹੀ ਪਹਿਚਾਣ ਹੋ ਜਾਂਦੀ ਹੈ, ਸੋ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਅੱਗੇ ਲੈ ਜਾਂਦਾ ਜਾ। ਸੋ ਇੱਥੇ ਵੱਖ ਵੱਖ ਧਰਮਾਂ ਦੇ ਲੋਕ, ਵੱਖ ਵੱਖ ਇਹ ਸਾਰੇ ਜਿਹੜੇ ਸੰਗਤ ਜੀ ਸਿੱਖ ਕਤਾਰਾਂ 'ਚ ਲੱਗੇ ਹੋਏ ਨੇ, ਸੋ ਇਹ ਸਭ ਦਰਸ਼ਨਾਂ ਦੇ ਵਾਸਤੇ ਜਿਹੜੀ ਸੰਗਤ ਆਈ ਹੋਈ ਹੈ ਅਤੇ ਉਹ ਹੈ, ਸਭ ਦੇ ਮਨਾਂ ਦੇ ਵਿੱਚ ਇੱਕ ਸ਼ਰਧਾ ਪਿਆਰ ਬਣ ਚੁੱਕਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ, ਜਿਸ ਦਾ ਕਿ ਪ੍ਰਤੱਖ ਇੱਕ ਸਰੂਪ ਇੱਥੇ ਇਸ ਧਰਤੀ 'ਤੇ ਅਸੀਂ ਦਰਸ਼ਨ ਕਰਦੇ ਪਏ ਹਾਂ ਜੀ। ਇਹ ਸਭ ਸੰਗਤਾਂ ਦਰਸ਼ਨਾਂ ਦੇ ਵਾਸਤੇ ਆਈਆਂ ਹੋਈਆਂ ਨੇ, ਸੋ ਬੜਾ ਉਤਸ਼ਾਹ ਆ। ਆਪਾਂ ਇੱਥੋਂ ਦਾ ਸਾਰਾ ਹਾਲ ਇਸ ਵਕਤ ਆਪ ਸੰਗਤਾਂ ਦੇ ਨਾਲ ਸਾਂਝਾ ਕਰਦੇ ਪਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਈਆਂ ਸੰਗਤਾਂ ਜੀ? ਇਹ ਪਟਨੇ ਸਾਹਿਬ ਤੋਂ ਹੀ ਅਸੀਂ। ਹਾਂਜੀ, ਕਿਵੇਂ ਦੀਆਂ ਰੌਣਕਾਂ? ਬਹੁਤ ਵਧੀਆ ਰੌਣਕ ਹੈ। 353 ਜਿਹੜਾ ਮਨਾਇਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ, ਬੜੀ ਲੋਕ ਸ਼ਰਧਾ ਨਾਲ ਆ ਰਿਹਾ, ਪਟਨੇ ਤੋਂ, ਬਿਹਾਰ ਤੋਂ, ਦੂਰ ਦੂਰ ਤੋਂ, ਬਾਕੀ ਪੂਰੇ ਹਿੰਦੁਸਤਾਨ ਤੋਂ ਆ ਰਹੇ ਲੋਕ, ਔਰ ਸ਼ਰਧਾ ਸੁਮਨ ਕਰਿਆ ਗੁਰੂ ਕੱਲ੍ਹ ਅੱਜ ਗੁਰੂ ਗੋਬਿੰਦ ਸਿੰਘ ਦਾ ਬਰਥ 353 ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਰਾਤ ਨੂੰ 2 ਵਜੇ, 1 ਤੋਂ 2 ਵਜੇ ਤਖ਼ਤ ਸਾਹਿਬ ਦੇ ਅੰਦਰ ਹਾਲ 'ਚ ਮਨਾਇਆ ਜਾਏਗਾ। ਬਾਕੀ ਲੋਕ ਸ਼ਰਧਾ ਸੁਮਨ ਵਾਸਤੇ ਲੋਕ ਆ ਰਹੇ, ਨਵੇਂ ਵਰਸ ਵਾਸਤੇ ਵੀ ਲੋਕ ਆਏ, ਦੂਰ ਦੂਰ ਤੋਂ ਆਏ ਨੇ, ਅਤੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਤੇ ਮੁਬਾਰਕਾਂ। ਮੈਂ ਗੁਰਦਿਆਲ ਸਿੰਘ, ਪੂਰਵ ਉਪਾਧਿਅਕਸ਼ ਅਲਪਸੰਖਿਅਕ ਆਯੋਗ ਬਿਹਾਰ, ਬੋਲਣਾ ਮੈਂ। ਇਹ ਦੇਖੋ ਜਿਹੜੀਆਂ ਸੰਗਤਾਂ ਨੇ, ਇਹ ਸਾਰੇ ਵੱਖ ਵੱਖ ਧਰਮਾਂ ਦੇ ਲੋਕ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ। ਹਾਂਜੀ, ਸੋ ਆਪ ਜੀ ਕਿੱਥੋਂ ਆਏ? ਐਂ ਕਰਦੇ ਜੀ, ਹਾਂਜੀ, ਦਮਦਮਾ ਸਾਹਿਬ ਤੋਂ ਆਏ। ਜਥਾ ਲੈ ਕੇ ਆਏ ਸੰਗਤ ਦਾ? ਹਾਂਜੀ, 12 ਆਦਮੀ ਆਏ ਜੀ ਜਥਾ ਲੈ ਕੇ। ਭਾਈ ਸਾਹਿਬ ਹੋਰੀ ਦਮਦਮਾ ਸਾਹਿਬ ਤੋਂ ਆਏ ਨੇ ਜੀ, ਅਤੇ ਕਿੰਨੇ ਦਿਨ ਹੋ ਗਏ ਆਇਆਂ ਨੂੰ? ਅਸੀਂ ਕੱਲ੍ਹ ਹੀ ਆਏ ਹਾਂ ਜੀ। ਕੱਲ੍ਹ ਆਏ? ਹਾਂਜੀ। ਦਰਸ਼ਨ ਮੇਲੇ ਵੇਖੋ ਕਿੱਦਾਂ ਦੀਆਂ ਰੌਣਕਾਂ ਲੱਗ ਰਹੀਆਂ? ਬਹੁਤ ਵਧੀਆ ਜੀ, ਨਿਤੀਸ਼ ਕੁਮਾਰ ਨੇ ਬਹੁਤ ਵਧੀਆ ਪ੍ਰਬੰਧ ਕਰੇ ਹੋਏ ਆ, ਗੁਰਦੁਆਰਾ ਪ੍ਰਬੰਧ ਕਮੇਟੀ ਨੇ ਬਹੁਤ ਵਧੀਆ ਪ੍ਰਬੰਧ ਕਰੇ ਹੋਏ ਆ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਬਿਲਕੁਲ, ਸਾਰਿਆਂ ਨੂੰ ਵਧਾਈਆਂ। ਸੋ ਇਹ ਸਭ ਸੰਗਤਾਂ ਦਰਸ਼ਨ ਮੇਲੇ ਕਰਕੇ ਆ ਰਹੀਆਂ ਨੇ, ਕੋਈ ਜਾ ਰਹੀਆਂ ਨੇ, ਸੋ ਆਪਾਂ ਦੇਖ ਸਕਦੇ ਹਾਂ ਕਿ ਬੜਾ ਚਹਿਲ ਪਹਿਲ ਹੈ। ਹਾਂਜੀ, ਸੋ ਸੰਗਤ ਜੋ ਦਰਸ਼ਨਾਂ ਦੇ ਵਾਸਤੇ ਆਈ ਹੋਈ ਹੈ, ਇੱਥੇ ਬਹੁਤ ਸਾਰੇ
परिवार जिहड़े ने पहुंचे हुए ने सब दे मना दे विच इक भावना है उत्साह है तुसीं देख सकते हैं। तो बड़े खुश नज़र आ रहे हैं सर आप, कैसा लग रहा है? बिल्कुल गुरु गोविंद सिंह जी की जयंती और हम लोग खुश न हो बिहार के हो कैसा कैसे हो सकता है। तो और हम लोग तो हर साल आते, बिल्कुल बिल्कुल बच्चे को वाइफ सबको साथ में लेकर आए और हर साल आते हम लोग, कोई मौका नहीं चुकते। बहुत खूबी, बहुत खूबी। बड़ा माहौल बदल रहा है, हम देख रहे हैं पिछले 3-4 साल से बहुत संगत आ रही है बिहार। बहुत यहाँ कोई फीलिंग नहीं है, ये हम लोगों का बिल्कुल अपने गुरु लगते हैं ये। जी जी बिल्कुल, बहुत खूब। तो ये देखो सारे फैमिली को लेके आए हैं। मैं भाजपा का मंडल महामंत्री हूँ और आज जो व्यवस्था प्रशासन जो की गई है बहुत सराहनीय है और संगत को भी धन्यवाद देते हैं। यहाँ का जो गुजारा कमेटी है वो भी धन्यवाद के पात्र हैं। बिल्कुल बड़ा देखो सारे दर्शन करके आ रहे हैं संगत। वाहिगुरु जी का खालसा, वाहिगुरु जी की फतेह। अब ये कितना संगत है जी? मैं उड़ीसा तो आई हूँ, रोड़किला तो। वाह जी वाह ਜੀ, ਰੌਣਕਿਲਾ ਦੇ ਸਿੰਘਾਂ ਦੀ ਵੀ ਹਾਜ਼ਰੀ ਲੱਗ ਗਈ ਜੀ, ਬਾਕੀ ਸਟੇਟਾਂ ਤੋਂ ਵੀ ਬਹੁਤ ਸੰਗਤਾਂ ਆਈਆਂ। ਕਿਵੇਂ ਦਾ ਆਨੰਦ ਬਣਿਆ ਬਾਈ? ਬਹੁਤ ਵਧੀਆ ਜੀ, ਇੱਥੇ ਸਵਰਗ ਦੇ ਵਿੱਚ ਆਏ ਹੋਏ ਹਾਂ ਜੀ। ਬਹੁਤ ਪਤਾ ਨਹੀਂ ਲੱਗ ਰਿਹਾ ਵੀ ਇੰਨੇ ਵਧੀਆ ਇੰਤਜ਼ਾਮ ਨੇ ਔਰ ਇੰਨੇ ਵਧੀਆ ਇੱਥੇ ਪ੍ਰੋਗਰਾਮ ਨੇ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਚੜ੍ਹਾ ਮਨਾਉਣ ਵਾਸਤੇ ਆਏ ਹਾਂ ਜੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਬਹੁਤ ਹੀ ਆਨੰਦ ਹੈ ਜੀ, ਬਹੁਤ ਹੀ ਵਧੀਆ। ਬੜੇ ਪਵਿੱਤਰ ਸਥਾਨ 'ਤੇ ਆਪਾਂ ਖੜ੍ਹੇ ਹਾਂ ਜੀ। ਕਿਸਮਤ ਵਾਲੇ ਜੀ, ਇੱਥੇ ਸਾਨੂੰ ਮੌਕਾ ਮਿਲਿਆ ਦਰਸ਼ਨ ਕਰਨ ਦਾ ਔਰ ਸਾਹਿਬ ਜੀ ਦੇ ਜਨਮ ਦਿਹਾੜੇ ਦਾ ਨਵੇਂ ਸਾਲ ਦਾ ਦੋਨੇ ਇੱਥੇ ਮਨਾਉਣ ਦਾ ਮੌਕਾ ਮਿਲਿਆ ਜੀ। ਬਹੁਤ ਬਹੁਤ ਗੁਰੂ ਸਾਹਿਬ ਦਾ ਧੰਨਵਾਦ। ਸ਼ੁਕਰ ਆ ਜੀ ਗੁਰੂ ਸਾਹਿਬ ਜੀ ਦਾ, ਆਪੇ ਸੰਗਤ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਕੇ ਬੁਲਾਉਂਦੇ ਨੇ ਸਾਰਿਆਂ ਨੂੰ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਹੋਰਾਂ ਦਾ। ਸੋ ਆਪਾਂ ਦੇਖ ਸਕਦੇ ਹਾਂ ਕਿ ਇੱਧਰ ਸੰਗਤਾਂ ਦਾ ਕਿੰਨਾ ਭਾਰੀ ਉਤਸ਼ਾਹ ਹੈ, ਇਕੱਠ ਹੈ। ਜਿੱਥੇ ਭਾਰੀ ਸਮਾਗਮ ਹੋ ਰਹੇ ਨੇ, ਸੰਗਤਾਂ ਦਰਸ਼ਨਾਂ ਨੂੰ ਆ ਰਹੀਆਂ ਨੇ, ਸੰਗਤਾਂ ਦੇ ਮਨਾਂ ਦੇ ਵਿੱਚ ਬੜੀ ਭਾਵਨਾ ਆ। ਹੁਣੇ ਸਾਡੇ ਨਾਲ ਜੋ ਇੱਥੋਂ ਦੇ ਬਿਹਾਰ ਦੇ ਰਹਿਣ ਵਾਲੇ ਵੀਰਾਂ ਨੇ ਸਾਂਝ ਪਾਈ ਹੈ, ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਹਿਸੂਸ ਹੁੰਦੇ ਨੇ। ਸੋ ਇਹ ਸਾਰੀ ਸੰਗਤ ਵੇਖੋ ਇਹ ਦਰਸ਼ਨ ਕਰਕੇ ਬਾਹਰ ਆ ਰਹੀ ਹੈ। ਸੋ ਆਪ ਦਰਸ਼ਨ ਕਰਕੇ ਆ ਰਹੇ ਹੈ ਜੀ, ਜੀ ਕੈਸਾ ਲੱਗ ਰਿਹਾ ਹੈ? ਬਹੁਤ ਹੀ ਬੜੀਆ, ਬਹੁਤ ਹੀ ਅੱਛਾ ਲੱਗ ਰਿਹਾ ਹੈ। ਪਹਿਲੀ ਵਾਰ ਆਏ ਕਿ ਪਹਿਲੇ ਵੀ ਆਤੇ ਹੈ? ਨਹੀਂ ਪਹਿਲੀ ਵਾਰ ਆਏ। ਪਹਿਲੀ ਵਾਰ ਆਏ, ਬਹੁਤ ਪਹਿਲੀ ਵਾਰ ਆਏ। ਸੋ ਵਿਵਸਥਾ ਕੈਸੀ ਲੱਗ ਰਹੀ ਹੈ? ਬਹੁਤ ਅੱਛੀ ਲੱਗ ਰਹੀ ਹੈ, ਹਮਨੇ ਸੁਨਾ ਥਾ ਵਿਵਸਥਾ ਕੇ ਬਾਰੇ ਮੇ, ਲੇਕਿਨ ਵਿਵਸਥਾ ਬਹੁਤ ਹੀ ਅੱਛੀ ਹੈ ਯਹਾਂ ਕੀ। ਸੋ ਮਨ ਕੋ ਅੱਛਾ ਲੱਗ ਰਿਹਾ ਹੈ? ਬਹੁਤ ਹੀ ਅੱਛਾ ਲੱਗ ਰਿਹਾ ਹੈ ਔਰ ਬਾਰ ਬਾਰ ਆਉਣਾ ਚਾਹੇਂਗੇ ਯਹਾਂ ਪੇ। ਹਾਂਜੀ ਬੇਟਾ, ਤੁਸੀਂ ਕਿੱਥੋਂ ਆਏ ਜੀ? ਅਸੀਂ ਪ੍ਰਤਾਪਗੜ੍ਹ ਤੋਂ ਆਏ ਹਾਂ। ਪ੍ਰਤਾਪਗੜ੍ਹ ਤੋਂ ਗੁਰਪੁਰਬ ਦੇ ਉੱਪਰ ਕਿਵੇਂ ਦਾ ਲੱਗ ਰਿਹਾ ਕਿ ਇਸ ਵੇਲੇ? ਜੀ ਜੀ, ਅਤੇ ਪਹਿਲੇ ਦਿਨ ਆ ਕੇ ਕੀਰਤਨ ਦੀ ਕੰਪੀਟੀਸ਼ਨ ਵੀ ਦਿੱਤੀ ਸੀ, ਅਤੇ ਫਸਟ ਇਨਾਮ ਆਇਆ। ਅੱਛਾ ਜੀ, ਫਸਟ ਪ੍ਰਾਈਜ਼ ਆਇਆ। ਅੱਛਾ, ਕੀਰਤਨ ਜੀ ਫਸਟ ਆਇਆ। ਸੋ ਲਓ ਜੀ ਇਹ ਬੱਚਾ, ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਅਖੰਡ ਸਿੰਘ, ਪ੍ਰਤਾਪਗੜ੍ਹ ਤੋਂ। ਪ੍ਰਤਾਪਗੜ੍ਹ ਯੂਪੀ। ਸੋ ਬਹੁਤ ਖੂਬ, ਵੇਖੋ ਇਹਨਾਂ ਨੂੰ ਇੱਥੋਂ ਸਨਮਾਨ ਪ੍ਰਾਪਤ ਹੋਇਆ। ਕਿਹੜਾ ਸ਼ਬਦ ਤੁਸੀਂ ਗਾਇਆ ਸੀ? ਵੱਡਾ ਮੇਰਾ ਗੋਵਿੰਦ ਅਗਾ ਮਗੋਚਰ। ਹੁਣ ਇਸ ਵਕਤ ਤੁਹਾਡੇ ਕੋਲ ਸਾਜ਼ ਤਾਂ ਨਹੀਂ, ਪਰ ਵੈਸੇ ਥੋੜਾ ਜਿਹਾ ਗਾ ਕੇ ਸਾਨੂੰ ਦੋ ਪੰਕਤੀਆਂ ਸੁਣਾਓ ਜੀ। ਵੱਡਾ ਮੇਰਾ ਗੋਵਿੰਦ ਅਗਾ ਮੇ ਅਗੋਚਰ, ਆਦ ਨਿਰੰਜਨ ਨਿਰੰਕਾਰ ਜੀਓ, ਆਦ ਨਿਰੰਜਨ ਨਿਰੰਕਾਰ ਜੀਓ, ਆਦ ਨਿਰੰਜਨ ਨਿਰੰਕਾਰ ਜੀਓ, ਵਾਹਿਗੁਰੂ। ਬਹੁਤ ਖੂਬ ਜੀ, ਮਹਾਰਾਜ ਹੋਰ ਤੁਹਾਨੂੰ ਤਰੱਕੀਆਂ ਦੇਣ, ਮਹਾਰਾਜ ਆਪਣਾ ਪਿਆਰ ਬਖਸ਼ਣ। ਸੋ ਵੇਖੋ ਇਹ ਨਾਲ ਇਹਨਾਂ ਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਦੀ ਦਾਦੀ ਹਾਂ ਜੀ। ਹਾਂਜੀ ਹਾਂ, ਕਿਵੇਂ ਇਹਨੂੰ ਤਿਆਰ ਕਿਦਾਂ ਕਰਵਾਇਆ? ਬਸ ਸ਼ੁਰੂ ਤੋਂ ਛੋਟੇ ਤੋਂ ਤਿਆਰ ਕਰਾਂਗੇ। ਹਾਂਜੀ ਹਾਂਜੀ ਹਾਂਜੀ, ਮਹਾਰਾਜ ਦੀ ਬਖਸ਼ਿਸ਼ ਰਹੀ, ਇਹਦੇ ਉੱਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਬਖਸ਼ਿਸ਼ ਹੈ ਔਰ ਦਾਦੀ ਦੀ ਪ੍ਰੇਰਣਾ। ਹਾਂਜੀ ਬਿਲਕੁਲ, ਦਾਦੀਆਂ ਐਵੇਂ ਪਿਆ ਪ੍ਰੇਰਦੀਆਂ ਰਹਿਣ, ਅਤੇ ਐਸੇ ਬੱਚੇ ਜਿਹੜੇ ਨੇ ਵੇਖੋ ਕਿੰਨਾ ਸੋਹਣਾ
ਠੰਡਾ ਵੀ ਸਜਾਇਆ ਬੜੇ ਪਿਆਰ ਦੇ ਨਾਲ ਜੀ। ਸੋ ਬੜੀ ਖੁਸ਼ੀ ਹੈ ਕਿ ਐਸੇ ਬੱਚੇ ਵੀ ਇੱਥੇ ਆਏ ਅਤੇ ਦਰਸ਼ਨ ਕਰ ਰਹੇ ਨੇ। ਹਾਂਜੀ, ਸੋ ਇਹ ਸੰਗਤਾਂ ਆਈਆਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਵਿੰਦਰ ਕੌਰ, ਧਰਮ ਪ੍ਰਚਾਰਕ, ਮੁੰਬਈ। ਮੈਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਦੇ ਦਾਦੇ ਪੰਥ ਦੇ ਵਾਲੀ ਦੇ ਪ੍ਰਕਾਸ਼ ਪਰਬ ਦੀ ਸਰਵ ਸੰਗਤ ਨੂੰ, ਵਿਸ਼ਵ ਦੀ ਸੰਗਤ ਨੂੰ ਵਧਾਈ ਦੇਣਾ ਚਾਹੁੰਦੀ ਹਾਂ। ਅਸੀਂ ਬਹੁਤ ਸੌਭਾਗਸ਼ਾਲੀ ਹੈਗੇ ਹਾਂ ਕਿ ਅਸੀਂ 2019 ਦੇ ਜਾਂਦਿਆਂ ਜਾਂਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ, ਔਰ ਨਵੇਂ ਸਾਲ ਵਿੱਚ ਅਸੀਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ। ਇੰਨੀ ਸੀ ਬੇਨਤੀ ਪ੍ਰਵਾਨ ਹੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸੰਗਤ ਜੀ, ਵੇਖੋ ਇੱਧਰ ਕਿੰਨੀਆਂ ਸੰਗਤਾਂ ਆ ਰਹੀਆਂ ਨੇ ਇਹ ਸਾਰੇ। ਸੋ ਆਪ ਦਰਸ਼ਨ ਕਰਕੇ ਆ ਰਹੇ ਹੈ ਅਭੀ ਗੁਰਦੁਆਰਾ ਸਾਹਿਬ ਸੇ, ਕੈਸਾ ਲੱਗ ਰਿਹਾ ਹੈ? ਅੱਛਾ ਲੱਗ ਰਿਹਾ ਹੈ। ਪਹਿਲੇ ਵੀ ਆਤੇ ਹੈ ਜੀ? ਫਸਟ ਟਾਈਮ ਆਏ ਜੀ? ਆਏ। ਆਪਕੋ ਕੈਸਾ ਲੱਗ ਰਿਹਾ? ਬਹੁਤ ਅੱਛਾ, ਤਾਂ ਹਮੇਸ਼ਾ ਆਤੇ ਹੈ ਬਰਾਬਰ, ਬਹੁਤ ਏਕਤਾ ਹੈ, ਬਹੁਤ ਅੱਛਾ ਹੈ, ਬਹੁਤ ਬਹੁਤ ਅੱਛਾ ਇੰਤਜ਼ਾਮ ਹੈ, ਬਹੁਤ ਖੁਸ਼ੀ ਹੈ, ਏਕਤਾ ਬਹੁਤ ਹੈ ਸਭ ਮੇਂ, ਬਹੁਤ ਖੁਸ਼ੀ ਹੈ, ਹਮ ਲੋਕ ਬਹੁਤ ਖੁਸ਼ੀ ਸੇ ਆਤੇ ਹੈ। ਅੱਛਾ ਲਗਾ। ਤੋ ਆਪ ਯਹਾਂ ਲੋਕਲ ਪਟਨਾ ਸਾਹਿਬ ਸੇ? ਨਹੀਂ ਨਹੀਂ, ਹਮ ਬਕਸਰ ਜ਼ਿਲ੍ਹਾ ਸੇ ਆਏ ਹੋਏ ਹੈ। ਅੱਛਾ, ਤੋ ਦਰਸ਼ਨ ਕਰਨੇ ਪਹਿਲੀ ਵਾਰ ਆਏ ਜਾਂ? ਹਾਂ, ਪਹਿਲੀ ਵਾਰ ਆ ਰਹੇ ਹੈ। ਪਹਿਲੀ ਵਾਰ ਆਏ? ਹਾਂ। ਕੈਸਾ ਲਗਾ? ਬਹੁਤ ਅੱਛਾ ਲਗਾ। ਲੰਗਰ ਛਕਾ ਆਪਨੇ? ਠੀਕ। ਲੰਗਰ ਬਹੁਤ ਬੜੇ ਲੰਗਰ ਚੱਲ ਰਹੇ ਹੈ, ਵਹਾਂ ਪੇ ਜਾਈਏ ਲੰਗਰ ਛਕੀਏ। ਸੋ ਇਹ ਸਾਰੇ ਜਿਹੜੇ ਵੇਖੋ ਇੱਥੋਂ ਦੇ ਸ਼ਰਧਾਲੂ ਸੰਗਤਾਂ ਜਿਹੜੀਆਂ ਨੇ ਉਹ ਆਪਾਂ ਦੇਖ ਸਕਦੇ ਹਾਂ ਕਿ ਇਸ ਵਕਤ ਬੜਾ ਭਾਰੀ ਇਕੱਠ ਇਸ ਵਕਤ ਸੰਗਤਾਂ ਦਾ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਨਮੁੱਖ। ਵੇਖੋ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਉਡੀਕ ਦੇ ਵਿੱਚ ਖੜੀਆਂ ਨੇ। ਸੋ ਇਹ ਸੰਗਤਾਂ ਬੜੇ ਪਿਆਰ ਦੇ ਨਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਈਆਂ ਵੀ ਜੀ ਸੰਗਤਾਂ? ਅਸੀਂ ਯੂਪੀ ਤੋਂ ਆਏ ਹੈਗੇ ਵੀ ਜੀ, ਅਯੋਧਿਆ ਤੋਂ। ਪਹਿਲੀ ਵਾਰੀ ਆਏ ਜਾਂ ਹਰ ਸਾਲ? ਨਹੀਂ ਨਹੀਂ, ਹਰ ਸਾਲ ਨਹੀਂ ਆਉਂਦੇ ਹੈਗੇ, 3-4 ਸਾਲ ਹੋ ਗਏ ਨਾ ਆਉਂਦੇ ਸਨ ਜੀ। ਕਿਵੇਂ ਨੇ ਇੱਥੇ ਰੌਣਕਾਂ? ਕੀ ਬਹੁਤ ਵਧੀਆ, ਬਹੁਤ ਵਧੀਆ। ਸੌਭਾਗ ਸਾਡਾ ਕਿ ਗੁਰੂ ਮਹਾਰਾਜ ਦੇ ਜਨਮ ਅਸਥਲੀ ਦੇ ਦਰਸ਼ਨ ਹੋ ਰਹੇ ਨੇ, ਭਾਗਾ ਵਾਲੇ ਹਾਂ ਅਸੀਂ। ਇਸ ਤੋਂ ਅੱਛੀ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਮੈਂ ਉਹਨਾਂ ਨੂੰ ਚਾਹਾਂਗਾ ਕਿ ਜਿਹੜੇ ਵਿਦੇਸ਼ੀ ਸੰਗਤ ਆ ਇੱਕ ਵਾਰੀ ਦਰਸ਼ਨ ਕਰਨ ਜ਼ਰੂਰ ਆਓ ਤੁਸੀਂ। ਅਗਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋ ਤਾਂ ਗੁਰੂ ਮਹਾਰਾਜ ਦੀ ਜਨਮ ਅਸਥਲੀ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਤਾਂ ਬਿਲਕੁਲ ਦਰਸ਼ਨ ਕਰਕੇ ਚਿੱਤ ਨਿਹਾਲ ਹੋ ਜਾਂਦਾ, ਇੱਕ ਵਿਸਮਾਦੀ ਰੰਗ ਇਸ ਧਰਤੀ ਤੋਂ ਪ੍ਰਾਪਤ ਹੁੰਦਾ। ਸੋ ਵੇਖੋ ਇਹ ਸਾਰੇ ਜਿਹੜੇ ਇਸ ਵੇਲੇ ਜਿਨ੍ਹਾਂ ਦੇ ਨਾਲ ਅਸੀਂ ਆਪ ਜੀ ਦੇ ਬਚਨ ਸਾਂਝੇ ਕਰਵਾਏ ਨੇ ਉਹ ਦਰਸ਼ਨ ਮੇਲਾ ਕਰਕੇ ਹੁਣੇ ਬਾਹਰ ਆਏ ਹੋਏ ਨੇ। ਸੋ ਵੱਖ ਵੱਖ ਸਥਾਨਾਂ ਤੋਂ ਛੋਟੇ ਵੱਡੇ ਵਿਜਾਣ ਬਜ਼ੁਰਗ ਸਭ ਪਰਿਵਾਰਾਂ ਸਮੇਤ ਆਏ ਹੋਏ ਨੇ। ਇੱਧਰ ਦੇਖੋ ਇਹ ਵੀ ਪਰਿਵਾਰ ਬੱਚੇ ਆਏ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਏ ਤੁਸੀਂ? ਅਸੀਂ ਇੱਥੇ ਦੀਆਂ ਪਟਨਾ ਸਾਹਿਬ ਦੇ। ਹਾਂਜੀ, ਤੇ ਕਾਫੀ ਸੰਗਤਾਂ 'ਚ ਬੜਾ ਉਤਸ਼ਾਹ ਆ ਇਸ ਵਾਰੀ? ਹਾਂਜੀ, ਪਹਿਲੇ ਨਾਲੋਂ ਜ਼ਿਆਦਾ ਲੱਗ ਰਿਹਾ ਸਾਨੂੰ ਤਾਂ। ਪਹਿਲੇ ਨਾਲੋਂ ਘੱਟ ਹੀ ਲੱਗ ਰਿਹਾ, 350 ਸਾਲ 'ਚ ਕਾਫੀ ਆਈ ਸੀ, ਉਦੋਂ ਤਾਂ ਬਹੁਤ ਵੱਡਾ ਸੀ ਨਾ, ਸੰਗਤ ਘੱਟ ਹੈ। ਹਾਂਜੀ, ਉਹਦੇ ਮੁਕਾਬਲੇ ਤਾਂ ਘੱਟ ਹੈ। ਹਾਂਜੀ ਹਾਂਜੀ, ਵੈਸੇ ਸੰਗਤ ਆਈ ਹੈ ਕਾਫੀ। ਹਾਂਜੀ ਬੇਟਾ, ਤੁਸੀਂ ਇੱਥੋਂ ਲੋਕਲ ਹੀ? ਨਹੀਂ, ਮੈਂ ਰਾਂਚੀ ਤੋਂ ਆਈ ਹਾਂ। ਆਇਓ, ਕਿਵੇਂ ਲੱਗ ਰਿਹਾ ਮਹਾਰਾਜ ਦੇ ਜਨਮ ਸਥਾਨ ਤੇ ਆਏ ਹੋ? ਬੜਾ ਹੀ ਅੱਛਾ ਲੱਗ ਰਿਹਾ। ਬਿਲਕੁਲ, ਬੜਾ ਹੀ ਅੱਛਾ ਲੱਗ ਰਿਹਾ, ਸਾਰਿਆਂ ਨੂੰ ਬੜਾ ਅੱਛਾ ਲੱਗਦਾ ਮਹਾਰਾਜ ਦੇ ਪਵਿੱਤਰ ਜਨਮ ਸਥਾਨ ਤੇ ਆਉਣਾ। ਸੋ ਵੇਖੋ ਇਹ ਸੰਗਤਾਂ ਬੜੇ ਪਿਆਰ ਦੇ ਨਾਲ ਦਰਸ਼ਨ ਕਰ ਰਹੀਆਂ ਨੇ, ਸਜਦਾ ਕਰ ਰਹੀਆਂ ਨੇ, ਸੇਵਾ ਕਰ ਰਹੀਆਂ ਨੇ। ਸੋ ਪਟਨਾ ਸਾਹਿਬ ਦਾ ਰੌਣਕਾਂ ਭਰਿਆ ਹਾਲ ਅਸੀਂ ਆਪਜਿਆਂ ਦੇ ਨਾਲ ਸਾਂਝਾ ਕੀਤਾ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਈਆਂ ਸੰਗਤਾਂ? ਨਮਸਕਾਰ। ਹਾਂਜੀ ਹਾਂਜੀ, ਕਿਵੇਂ ਦਾ ਮਾਹੌਲ? ਹਾਂਜੀ, ਬਹੁਤ ਵਧੀਆ, ਅਸੀਂ ਦਰਸ਼ਨ ਪਾ ਕੇ ਮਹਾਰਾਜ ਦੇ ਬਸ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ। ਹਾਂਜੀ, ਬਹੁਤ ਵਧੀਆ। ਹਾਂਜੀ, ਅਸੀਂ ਨਵਾਂ ਸ਼ਹਿਰ ਤੋਂ ਆਏ ਹਾਂ, ਪੰਜਾਬ ਤੋਂ, ਪੰਜਾਬ ਤੋਂ ਆਏ। ਹਾਂਜੀ, ਠੀਕ ਹੈ, ਬਹੁਤ ਵਧੀਆ ਮਾਹੌਲ ਹੈ, ਆਨੰਦ ਆ ਗਿਆ ਸਾਨੂੰ ਤਾਂ। ਸੇਵਾ ਵੀ, ਸੇਵਾ ਚ ਆਏ ਸੀ ਨਾਲ? ਸੇਵਾ ਵੀ ਕਰਦੇ ਸੀ? ਹਾਂਜੀ, ਸੇਵਾ ਵੀ ਕੀਤੀ, ਸੇਵਾ ਵੀ ਕੀਤੀ। ਦੂਰ ਦੀ ਸਾਈਡ ਮਿਲ ਗਏ, ਆਏ ਆਪਾਂ ਸੇਵਾ ਜੇ ਸੀਗੇ, ਸਾਨੂੰ ਥੋੜੀ ਦੂਰ ਦੀ ਸਾਈਡ ਮਿਲ ਗਈ, ਪਰ ਨਹੀਂ ਹੋ ਸਕੀ ਥੋੜੀ ਬਹੁਤੀ, ਸਾਨੂੰ ਜਗ੍ਹਾ ਨੇੜੇ ਮਿਲੀ ਨਹੀਂ ਹੈਗੀ। ਹਾਂਜੀ, ਜਿੰਨੇ ਕੁ ਫਿਰ ਵੀ ਮਹਾਰਾਜ ਨੇ ਹੁਕਮ ਕੀਤਾ ਉਹਨਾਂ ਕ ਕਦੀ ਤੇ। ਹਾਂਜੀ, ਬਸ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੋ ਇਹ ਸਾਰੀਆਂ ਸੰਗਤਾਂ ਦੇਖੋ ਜਿਹੜੀਆਂ ਦਰਸ਼ਨ ਕਰਕੇ ਆ ਰਹੀਆਂ ਨੇ, ਇਹ ਯੰਗਸਟਰਸ ਦਰਸ਼ਨ ਕਰਕੇ ਆ ਰਹੇ ਹਾਂ। ਆਪ ਕੈਸਾ ਲੱਗ ਰਿਹਾ ਹੈ? ਬਹੁਤ ਅੱਛਾ ਲੱਗ ਰਿਹਾ ਹੈ। ਫਸਟ ਟਾਈਮ ਆਏ ਹੈ? ਨਹੀਂ ਨਹੀਂ ਫਸਟ ਟਾਈਮ ਨਹੀਂ ਆਏ, ਯਹੀ ਰਹਤੇ ਹੈ। ਯਹੀ ਰਹਤੇ ਹੈ, ਅਕਸਰ ਆਤੇ ਹੈ। ਹਾਂ ਆਤੇ ਹੈ। ਤੋ ਕੈਸਾ ਗੁਰੂ ਗੋਬਿੰਦ ਸਿੰਘ ਜੀ ਕੋ ਆਪ ਕੈਸਾ, ਕਿਉਂਕਿ ਉਹ ਛੋਟੇ ਥੇ ਨਾ ਯਹਾਂ ਪੇ ਬੱਚੇ ਕੇ ਰੂਪ ਮੇਂ ਜ਼ਿਆਦਾ ਉਨਕੇ ਜੇ ਬਾਲ ਲੀਲਾ ਕਾਫੀ ਹੈ, तो कैसा लगता है उनके बारे में जब आप उनको मिलने जाते हैं, मत्था टेकते हैं? अच्छा लगता है और अच्छा इस तरीके से भी लगता है क्योंकि हम लोग इस धरती पे जन्मे हैं जहाँ उनका जन्म हुआ, तो इसी से तो बहुत बड़ी बात हो जाती है। बहुत बड़ी बात हो जाती है, बिल्कुल। ये आपको गर्व होना चाहिए कि आप पटना से हो। सो बिल्कुल ये पटना वासियों को गौरव प्राप्त है। जिवें कि नतीश जी कहते हैं कि गुरु गोबिंद सिंह जी साढ़े ने, सो मैं समझदा ये बड़ी वड्डी गल है। आ वीर जी दमाला से जाके आए, इन्हां दे नाल तां जरूरी बचन सांझा करना। वाहेगुरु जी का खालसा, वाहेगुरु जी का खालसा, वाहेगुरु जी की फतेह। हाँ जी, कित्थों आईआं संगतां? लुधियाने तो। लुधियाने तो ते इत्थों दीआं रौणकां किवें दा अज महाराज दा प्रकाश पुरब दे? ਪਹਿਲਾਂ ਤਾਂ ਦੇਸ਼ ਵਿਦੇਸ਼ ਦੀ ਵਸਦੀ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ, ਸਿਰ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਹੋਣ। ਇੱਥੇ ਦਾ ਪ੍ਰਬੰਧ ਜਿੰਨਾ ਵੀ ਇੱਥੇ ਦੀ ਸਿਫਤ ਕਰ ਲਓ ਉਨੀ ਘੱਟ ਹੈ। ਨਿਤੀਸ਼ ਕੁਮਾਰ ਜੀ ਦੀ, ਹੋਰ ਬਿਹਾਰ ਦੀ ਵਸਦੀ ਜਿਹੜੇ ਵੀ ਇੱਥੇ ਲੋਕਲ ਸੰਗਤ ਹੈ, ਬਹੁਤ ਹੀ ਸਾਰੀ ਸੰਗਤ ਦੇ ਨਾਲ ਪਿਆਰ ਦੇ ਨਾਲ ਮਿਲ ਜੁਲ ਕੇ ਇੱਥੇ ਗੁਰਪੁਰਬ ਮਨਾ ਰਹੇ ਨੇ, ਅਤੇ ਬਹੁਤ ਹੀ ਸੋਹਣਾ ਪ੍ਰਬੰਧ ਹੈ। ਬਹੁਤ ਹੀ ਸੋਹਣੇ ਤਰੀਕੇ ਨਾਲ ਇੱਥੇ ਦਰਸ਼ਨ ਮੇਲੇ ਹੋ ਰਹੇ, ਅਤੇ ਬਹੁਤ ਸੋਹਣਾ ਪ੍ਰਬੰਧ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਖੁਸ਼ ਨੇ, ਬੜੇ ਸਹਿਜ ਦੇ ਨਾਲ, ਸਹਿਜਤਾ ਦੇ ਨਾਲ ਸਭ ਨੂੰ ਦਰਸ਼ਨ ਮੇਲੇ ਪ੍ਰਾਪਤ ਹੋ ਰਹੇ ਨੇ। ਸੋ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਫੌਜਾਂ ਕਿੱਧਰੋਂ ਆਈਆਂ ਜੀ, ਕਿਹੜੇ ਨਗਰ ਤੋਂ? ਫੌਜਾਂ ਚੰਡੀਗੜ੍ਹ ਸਾਹਿਬਜ਼ਾਦਾ ਫਤਿਹ ਸਿੰਘ ਜੀ ਨਗਰ, ਜਿਹੜਾ ਚੰਡੀਗੜ੍ਹ ਦੇ ਉੱਪਰਲੇ ਪਾਸੇ ਆ। ਅਕਾਲੀ ਸਰਕਾਰ ਨੇ ਵਸਾਉਣਾ ਸੀ ਸਾਹਿਬਜ਼ਾਦਾ ਫਤਿਹ ਸਿੰਘ ਨਗਰ, ਉਹ ਨਿੰਮ ਸਿੰਘਾਂ ਨੇ ਵਸਾਇਆ, ਉੱਥੋਂ ਆਈਆਂ ਫੌਜਾਂ ਮੋਹਾਲੀ। ਕਿਵੇਂ ਦਾ ਲੱਗ ਰਿਹਾ ਜੀ ਮਹਾਰਾਜ? ਬਹੁਤ ਕਿਰਪਾ ਪਾਤਸ਼ਾਹ ਜੀ ਦਾ, ਬੇਅੰਤ ਸ਼ੁਕਰ ਹੈ, ਬਹੁਤ ਕਿਰਪਾ ਅਪਾਰ ਹੈ ਸਾਡੇ ਨਾਲੋਂ, ਕਿਤੇ ਉੱਧਰ ਨਾਲੋਂ ਕਿਤੇ ਜ਼ਿਆਦਾ ਕਿਰਪਾ, ਮੰਨਣਾ ਪਊ। ਬਿਲਕੁਲ ਬਿਲਕੁਲ, ਸੱਤ ਵਚਨ ਮੰਨਣਾ ਪਊ, ਉੱਧਰ ਸਾਡੇ ਨਾਲੋਂ ਜੇ ਕਿਰਪਾ ਇੱਧਰ ਜ਼ਿਆਦਾ, ਪ੍ਰੇਮ ਪਿਆਰ ਔਰ ਸਤਿਕਾਰ ਇੱਕ ਦੂਜੇ ਦਾ, ਰਿਸਪੈਕਟ ਹੈ ਜੀ। ਕਿਵੇਂ ਖੜੇ ਨੇ ਸਾਰੇ ਪਿਆਰ ਦੇ ਖੜੇ ਨੇ? ਦੇਖੋ ਮਹਾਰਾਜ ਕਿਰਪਾ, ਡਿਸਿਪਲਿਨ ਸਭ ਕੁਛ, ਸਾਰਾ ਕੁਛ ਡਿਸਿਪਲਿਨ ਸਹੀ, ਮਹਾਰਾਜ ਬਖਸ਼ ਲੈਣ ਸਾਡੀ ਕੌਮ ਨੂੰ, ਸਮਤ ਦੇਣ। ਗੁਰੂ ਮਹਾਰਾਜ ਵੀ ਅਕਸਰ ਖੇਲੇ ਤਾਂ ਇੱਧਰੇ ਜ਼ਿਆਦਾ, ਉਹ ਭਰਾਵਾ ਸਾਡਾ ਤਾਂ ਉਹੀ ਦਾਵਾ ਹੀ ਵੀ ਅਸੀਂ ਪੰਥ ਗੁਰੂ ਹਾਂ, ਪਰ ਖੇਡੇ ਤਾਂ ਇੱਧਰ ਨੇ ਹੈਂਜੀ, ਇੱਥੇ ਬਹੁਤੇ ਚੋਜ ਬਾਲੀ ਲਾ ਮਹਾਰਾਜ, ਬਸ ਮਹਾਰਾਜ ਦੇ ਚੋਜੇ ਚੱਲ ਰਹੇ, ਹੋਰ ਪਾਤਸ਼ਾਹ ਜੀ ਹੈ ਮਹਾਰਾਜ ਕਰਨ ਸਾਰਿਆਂ ਫੌਜਾਂ ਦਰਸ਼ਨ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਬੜੇ ਪਿਆਰੇ ਵੀਰ ਬੜੇ ਸਾਲਾਂ ਬਾਅਦ ਮਿਲੇ ਆ, ਭਾਈ ਜਸਪਾਲ ਸਿੰਘ ਜੀ, ਜਿਨ੍ਹਾਂ ਨੂੰ ਕਿ ਤੁਸਾਂ ਨੇ ਭਾਈ ਚੜ ਸਿੰਘ ਦੇ ਰੂਪ ਵਿੱਚ ਦਰਸ਼ਨ ਕੀਤੇ ਸੀਗੇ। ਸੋ ਬੜੇ ਸਾਲਾਂ ਬਾਅਦ ਮਿਲੇ ਹਾਂ ਉਸ ਸੀਰੀਅਲ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਸੀਰੀਅਲ 'ਚ ਦਾਸ ਨੂੰ ਜੱਸਾ ਸਿੰਘ ਰਾਮਗੜੀਆ ਦਾ ਕਿਰਦਾਰ ਪ੍ਰਾਪਤ ਹੋਇਆ ਸੀ, ਅਤੇ ਇਹਨਾਂ ਨੂੰ ਸਰਦਾਰ ਚੜ੍ਹਤ ਸਿੰਘ ਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਦੇ। ਸੋ ਇਸ ਵਕਤ ਦਰਸ਼ਨਾਂ ਨੂੰ ਆਏ ਨੇ, ਮੁੰਬਈ ਦੇ ਰਹਿਣ ਵਾਲੇ ਨੇ। ਸੋ ਕੋਈ ਪਿਆਰ ਦੇ ਬਚਨ ਸੰਗਤਾਂ ਨਾਲ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਵੱਡੀ ਚੀਜ਼ ਹੈ ਕਿ ਗੁਰੂ ਮਹਾਰਾਜ ਨੇ ਜੋ ਆਪਣੇ ਚਰਨਾਂ 'ਤੇ ਬੁਲਾਇਆ, ਔਰ ਗੁਰੂ ਮਹਾਰਾਜ ਨੇ ਇਹੀ ਕਿਹਾ ਕਿ ਸੰਗਤ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਹਨ, ਤਾਂ ਉਹ ਸੋਹਣੇ ਸੋਹਣੇ ਰੂਪ ਦਿਖਦੇ ਹਨ, ਤਾਂ ਉਸ ਚਰਨਾਂ ਦਾ ਸਦਕਾ, ਮਹਾਰਾਜ ਦਾ ਸਦਕਾ, ਕਈ ਜਨਮ ਇਹੀ ਅਸੀਸ ਕਰਨਾ ਕਿ ਆ ਕੇ ਆਪਣੇ ਜਨਮ ਸਵਾਰੀਆਂ। ਪਰ ਸਾਰਿਆਂ ਨੂੰ ਬਹੁਤ 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 ਮੁਬਾਰਕ ਵੀਰ ਜੀ, ਤੁਹਾਨੂੰ ਵੀ, ਮਨ ਬਹੁਤ ਖੁਸ਼ ਹੋਇਆ ਦੇਖ ਕੇ ਜੀ ਜੀ ਜੀ। ਚਲੋ ਵਾਹਿਗੁਰੂ ਚੜ੍ਹਦੀ ਕਲਾ, ਗੁਰਪੁਰਬ ਦੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਵਧਾਈਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਵੇਖੋ ਹਰ ਪਾਸੇ ਸੰਗਤਾਂ ਦੀ ਚਹਿਲ ਪਹਿਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਕਿੱਥੋਂ ਸੰਗਤਾਂ ਆਈਆਂ ਜੀ? ਸੰਤੋ ਲੁਧਿਆਣੇ ਤੋਂ ਆਈਆਂ ਜੀ। ਲੁਧਿਆਣੇ ਹੋ? ਸੋ ਕਿੰਨੀ ਇੱਕ ਸੰਗਤ ਇਕੱਠੇ ਆਏ? ਹਾਂਜੀ ਹਾਂਜੀ, 200 ਬੰਦਾ ਹੈਗਾ ਜੀ। ਵਾਹ ਜੀ ਵਾਹ। ਸੋ ਹੁੰਦਾ ਕੋਈ ਲੁਧਿਆਣੇ ਤੋਂ, ਕੋਈ ਪਟਿਆਲੇ ਤੋਂ, ਹਾਂਜੀ, ਤੇ ਰੋਪੜ ਤੋਂ ਜੀ ਜੀ। ਹਾਂਜੀ, ਤੇ ਕਿਵੇਂ ਗੁਰਪੁਰਬ ਕਿਵੇਂ ਮਨਾਇਆ? ਤੇ ਬਹੁਤ ਵਧੀਆ ਗੁਰਪੁਰਬ ਮਨਾਇਆ ਜੀ, ਬਹੁਤ ਵਧੀਆ ਗੁਰੂ ਦੀ ਕਿਰਪਾ ਜੀ। ਹਾਂਜੀ, ਬਹੁਤ ਸੰਗਤ ਦੇ ਸਦਕਾ, ਬਹੁਤ ਤੁਹਾਡੇ ਸਦਕਾ, ਬਹੁਤ ਮਿਹਨਤ ਹੋਈ ਹੈ ਜੀ, ਬਹੁਤ ਸਮਾਂ ਚੱਲ ਰਿਹਾ ਜੀ। ਰਾਜਗੀਰ ਵੀ ਗਏ ਸੀਗੇ ਜੀ? ਨਹੀਂ ਹਾਲੇ ਨਹੀਂ ਗਏ ਜੀ, ਬੱਚੇ ਕੁਛ ਗਏ ਕੁਛ ਨਹੀਂ ਗਏ ਜੀ। ਜੀ ਜੀ ਹਾਂਜੀ, ਬਿਲਕੁਲ ਮੈਂ ਸਮਝਦਾ ਇੱਥੇ ਬੜੀਆਂ ਰਹਿਮਤਾਂ ਨੇ, ਬਹੁਤ ਰਹਿਮਤਾਂ ਗੁਰੂ ਦੀ, ਸਭ ਤੋਂ ਸੰਗਤ ਬਹੁਤ ਰਹਿਮਤ ਹੈ ਜੀ, ਬਹੁਤ ਗੁਰੂ ਦੀ ਕਿਰਪਾ ਹੈ ਜੀ, ਜਿੰਨੀ ਕੁ ਉਨੀ ਥੋੜ੍ਹੀ ਹੈ ਜੀ। ਬਿਲਕੁਲ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਆਪ ਜੀ ਕਿੱਥੋਂ ਆਏ ਜੀ? ਚੰਡੀਗੜ੍ਹ ਤੋਂ ਆਈਆਂ। ਚੰਡੀਗੜ੍ਹ ਤੋਂ, ਤੇ ਕਿਵੇਂ ਲੱਗ ਰਿਹਾ ਗੁਰਪੁਰਬ ਦਾ? ਬੜੀਆਂ ਮਹਾਰਾਜ ਦੀਆਂ ਰੌਣਕਾਂ ਚੱਲਦੀਆਂ ਪਈਆਂ ਨੇ। ਉਹ ਬਿਆਨ ਹੀ ਨੇ, ਉਹ ਸ਼ਬਦ ਨਹੀਂ, ਮਤਲਬ ਸ਼ਬਦ ਬਿਆਨ ਹੀ ਨਹੀਂ ਕਰ ਸਕਦੇ ਜੋ ਸਾਨੂੰ
ਆਨੰਦ ਆ ਰਿਹਾ। ਬਾਕੀ ਰਹੀ ਗੱਲ ਜਿਹੜੇ ਨਤੀਸ਼ ਜੀ ਆ ਸੀ ਐੱਮ ਜੀ ਹੈਗੇ ਇੱਥੇ ਦੇ, ਉਹਨਾਂ ਨੇ ਬੜੀ ਮਤਲਬ ਉਹਨਾਂ ਉੱਤੇ ਗੁਰੂ ਗੋਬਿੰਦ ਸਿੰਘ ਨੇ ਮਿਹਰ ਭਰਿਆ ਹੱਥ ਰੱਖ ਕੇ ਸਾਰਾ ਕਾਰਜ ਉਹਨਾਂ ਕੋਲ ਕਰਵਾ ਰਿਹਾ, ਔਰ ਅਸੀਂ ਉਹਨਾਂ ਦੇ ਸਾਰਾ ਸਿੱਖ ਪੰਥ ਉਹਨਾਂ ਦਾ ਰਿਣੀ ਰਹੇਗਾ, ਔਰ ਸਾਨੂੰ ਆਉਣ ਵਾਲੇ ਟਾਈਮ 'ਚ ਵੀ ਉਮੀਦ ਹੈ ਕਿ ਉਹ ਇੱਦਾਂ ਹੀ ਕਰਾਉਂਦੇ ਰਹਿਣਗੇ। ਔਰ ਮੈਨੂੰ ਤਾਂ ਇਹ ਮਹਿਸੂਸ ਹੋ ਰਿਹਾ ਕਿ ਉਹ ਪਿਛਲੇ ਜਨਮ ਮਹਾਰਾਜ ਦੇ ਨਾਲ ਕਿੱਥੇ ਰਹੇ ਹੈਗੇ ਆ, ਔਰ ਆਉਣ ਵਾਲੇ ਟਾਈਮ 'ਚ ਉਹ ਸਿੱਖੀ ਧਾਰਨ ਜ਼ਰੂਰ ਕਰਨਗੇ। ਔਰ ਮੈਂ ਇੱਕ ਮਤਲਬ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਦੇ ਗੁਰੂ ਨਾਨਕ ਦੇਵ ਜੀ ਹੈ 550 ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ 353 ਸਾਲ ਦੀ ਲੱਖ ਲੱਖ ਵਧਾਈ। 350 ਸਾਲਾਂ ਵੀ ਇਹਨਾਂ ਨੇ ਪਹਿਲਾਂ ਇੰਨਾ ਅੱਛਾ ਕੀਤਾ ਸੀਗਾ ਕਿ ਅਸੀਂ ਮਤਲਬ ਸਾਡੇ ਕੋਲ ਲਫਜ਼ ਹੀ ਨਹੀਂ ਬਿਆਨ ਕਰਨ ਵਾਸਤੇ। ਉਸ ਤੋਂ ਬਾਅਦ 51, 52, 53 ਇਹ ਵੀ ਬਹੁਤ ਜ਼ਿਆਦਾ ਅੱਛਾ ਕੀਤਾ, ਔਰ ਮੈਂ ਤਾਂ ਉਹਨਾਂ ਨੂੰ ਪਰਸਨ ਮਿਲ ਕੇ ਥੈਂਕਸ ਕਹਿਣਾ ਚਾਹ ਸੀ, ਪਰ ਚਲੋ ਅਸੀਂ ਨਿਮਾਣੇ ਬੰਦੇ ਨਹੀਂ ਮਿਲ ਸਕਦੇ। ਮੇਰਾ ਇਹ ਮੈਸੇਜ ਉਹਨਾਂ ਤੱਕ ਕਨਵੇ ਹੋਣਾ ਚਾਹੀਦਾ। ਅਤੇ ਬਾਕੀ ਗੱਲ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਦੇਣ ਹੀ ਸਕਦੇ। ਕਹਿੰਦੇ ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ, ਅਗਰ ਨਾ ਹੋਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸੁਨਤ ਹੋਤੀ ਸਭ ਕੀ। ਦੇਖੋ ਜੀ, ਕਿਸੇ ਦਾ ਕੋਈ ਪੁੱਤਰ ਹੈ, ਧੀ ਪੁੱਤਰ ਹੈ, ਸਕੂਲ ਤੋਂ ਲੇਟ ਹੋਵੇ ਤਾਂ ਸਾਰੇ ਮਾਂ ਪਿਓ ਕਲਪਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਉਹਨਾਂ ਨੇ ਸਾਡੇ ਪਿੱਛੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਪੁੱਤਰਾਂ ਦਾ ਦਾਨੀ ਕੋਈ ਕੋਈ ਧਨ ਦਾਨ ਕਰਦਾ, ਕੋਈ ਕੁਛ ਦਾਨ ਕਰਦਾ, ਉਹਨਾਂ ਨੇ ਆਪਣੇ ਪੁੱਤਰ ਹੀ ਦਾਨ ਕਰ ਦਿੱਤੇ। ਉਹਨਾਂ ਵਰਗੀ ਮਤਲਬ ਜ਼ਿੰਦਗੀ 'ਚ ਮਿਸਾਲ ਕੋਈ ਨਹੀਂ ਹੋ ਸਕਦੀ, ਔਰ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ, ਨਾ ਕੋਈ ਹੋਸੀ, ਔਰ ਨਾ ਕੋਈ ਹੋਵੇਗਾ। ਦੇਖੋ ਜੀ, ਜਦੋਂ ਔਰੰਗਜ਼ੇਬ ਸੀਗਾ ਅਤੇ ਉਹ 40 ਮਣ ਜਨੇਊ ਉਤਾਰ ਕੇ ਹਿੰਦੂਆਂ ਦੇ ਰੋਟੀ ਖਾਂਦਾ ਸੀਗਾ, ਇੱਕ ਮਣ ਦੇ ਵਿੱਚ 40 ਕਿਲੋ ਹੁੰਦੇ ਆ, ਤੁਸੀਂ ਅੰਦਾਜ਼ਾ ਲੈ ਲਓ ਕਿ 40 ਮਣ 'ਚ ਕਿੰਨੇ ਕਿਲੋ ਹੋ ਗਏ। ਫਿਰ ਉਸ ਟਾਈਮ ਇਹ ਕਸ਼ਮੀਰੀ ਪੰਡਿਤ ਮਤਲਬ ਪਹਿਲਾਂ ਇਹ ਬਦਰੀਨਾਥ ਗਏ ਫਰਿਆਦ ਕਰਨ ਵਾਸਤੇ। ਬਦਰੀਨਾਥ ਤੋਂ ਇਹਨਾਂ ਲੋਕਾਂ ਨੂੰ ਆਕਾਸ਼ਵਾਣੀ ਹੋਈ ਕਿ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਜੋ ਗੁਰੂ ਨਾਨਕ ਦੇਵ ਦੀ ਗੱਦੀ ਦੇ ਵਾਰਸ ਹੈ ਅਨੰਦਪੁਰ ਸਾਹਿਬ, ਤੁਸੀਂ ਉਹਨਾਂ ਕੋਲ ਜਾਓ। ਫਿਰ ਉਹੀ ਉਹ ਕਸ਼ਮੀਰੀ ਪੰਡਿਤ ਉੱਪਰੋਂ ਉੱਪਰੋਂ ਹੀ ਅਨੰਦਪੁਰ ਸਾਹਿਬ ਪਹੁੰਚੇ, ਜਾ ਕੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ, ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਵੀ ਹੁਣ ਕਿਸੇ ਮਹਾਨ ਯੋਧੇ ਨੂੰ ਬਲੀਦਾਨ ਦੇਣਾ ਪੈਣਾ। ਜਦੋਂ ਉਹਨਾਂ ਨੇ ਆਪਣੇ ਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜੋ ਉਸ ਟਾਈਮ 9 ਸਾਲ ਦੀ ਅਵਸਥਾ ਦੇ ਵਿੱਚ ਸੀ, ਉਹਨਾਂ ਨਾਲ ਗੱਲਬਾਤ ਕੀਤੀ ਵੀ ਹੁਣ ਇਹਨਾਂ ਇਹ ਧਰਮ ਬਚਾਉਣ ਵਾਸਤੇ ਕਿਸੇ ਮਹਾਨ ਯੋਧੇ ਨੂੰ ਬਲੀਦਾਨ ਦੇਣਾ ਪੈਣਾ, ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਮਹਾਨ ਕਿਹੜਾ ਯੋਧਾ ਹੋਵੇਗਾ। 9 ਸਾਲ ਦੀ ਉਮਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਦਿੱਲੀ ਸ਼ਹੀਦੀ ਵਾਸਤੇ ਤੋੜ ਦਿੱਤਾ, ਔਰ ਆਪਣੇ ਹੱਥੀਂ ਮਤਲਬ ਉਹਨਾਂ ਨੇ ਕੁਰਬਾਨੀ ਵਾਸਤੇ ਤੋੜ ਦਿੱਤਾ। ਇਹ ਦੇਖੋ, ਇਹ ਜਿਹੜਾ ਅੱਜ ਹਿੰਦੂਆਂ ਦਾ ਟਿੱਕਾ ਔਰ ਤਿਲਕ ਬਚਿਆ ਵਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਕਰਕੇ ਬਚਿਆ ਹੋਇਆ ਹੈਗਾ। ਅਤੇ ਬਾਕੀ ਮੈਂ ਮਤਲਬ ਅਸੀਂ ਲਫ਼ਜ਼ ਸਾਡੇ ਕੋਲ ਲਫ਼ਜ਼ ਹੀ ਨਹੀਂ ਆ, ਸਾਡੇ ਕੋਲ ਉਹ ਲਫ਼ਜ਼ ਹੀ ਨਹੀਂ, ਅਸੀਂ ਜਿਹਨਾਂ ਨਾਲ ਵੱਡਿਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਈ। ਬਿਲਕੁਲ, ਉਹ ਮਾਲਕ ਸਾਡਾ ਐਡਾ ਕੁ ਵੱਡਾ ਹੈ ਕਿ ਸਾਡੇ ਅਲਫਾਜ਼ ਉਹਦੀ ਸਿਫਤ ਦੇ ਸਾਹਮਣੇ ਛੋਟੇ ਪੈ ਜਾਂਦੇ ਨੇ। ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਵਕਤ ਸੰਗਤ ਜੀ ਆਓ, ਦਰਸ਼ਨ ਕਰਦੇ ਹਾਂ। ਬੜੇ ਸੁੰਦਰ ਮਹਾਰਾਜ ਦੇ ਆਸਣ ਜਿੱਥੇ ਸੱਜੇ ਹੋਏ ਨੇ ਤਖ਼ਤ ਸਾਹਿਬ ਦੇ ਸਨਮੁੱਖ, ਇਸ ਵਕਤ ਆਪਾਂ ਖੜ੍ਹੇ ਹਾਂ। ਬੇਅੰਤ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਕੇ ਆ ਰਹੀਆਂ ਨੇ, ਸੋ ਇੱਥੋਂ ਦੇ ਲੋਕਲ ਜਿਹੜੀਆਂ ਸੰਗਤਾਂ ਨੇ ਉਹ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਆ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ 353 ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਔਰ ਸਾਨੂੰ ਇੱਕ ਹੋਰ ਅਸੀਂ ਹੰਬਲ ਬੇਨਤੀ ਕਰਦੇ ਹਾਂ ਮਹਾਰਾਜ ਜੀ ਅੱਗੇ ਕਿ ਮਹਾਰਾਜ ਜੀ, ਅਸੀਂ ਲੰਗਰ ਵੀ ਬੜੇ ਲਾਉਂਦੇ ਹਾਂ, ਅਸੀਂ ਮੱਥੇ ਵੀ ਬੜੇ ਟੇਕਦੇ ਹਾਂ, ਅਸੀਂ ਗੁਰਦੁਆਰੇ ਬੜੇ ਜਾਂਦੇ ਹਾਂ, ਪਰ ਸਾਡਾ ਸਾਰਿਆਂ ਦਾ ਗੁਰਬਾਣੀ ਦੇ ਮੁਤਾਬਕ ਅਮਲੀ ਜੀਵਨ ਬਣੇ। ਬੋਲੇ ਸੋਹਣਿਆਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਦੇਖੋ, ਪਰਿਵਾਰਾਂ ਦੇ ਪਰਿਵਾਰ ਆ ਰਹੇ ਨੇ ਦਰਸ਼ਨ ਕਰਕੇ, ਸੋ ਸਭ ਦੇ ਮਨਾਂ ਦੇ ਵਿੱਚ ਬੜਾ ਪਿਆਰ ਹੈ, ਬੜੀ ਸ਼ਰਧਾ ਆ। ਸੋ ਆਪਾਂ ਜਿਹੜੀਆਂ ਸੰਗਤਾਂ ਦਰਸ਼ਨ ਮੇਲੇ ਕਰਕੇ ਆ ਰਹੀਆਂ ਨੇ, ਉਹਨਾਂ ਦੇ ਨਾਲ ਉਹਨਾਂ ਦੇ ਵਿਚਾਰ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਵਾ ਰਹੇ ਹਾਂ।
सो भाई साहब आप दर्शन करके आ रहे हैं अभी, कैसा लग रहा है? बढ़िया, बहुत बढ़िया जी। पहली बार आए दर्शन? जी पहली बार आए। अच्छा, मैं छह सालों से यहाँ रह रहा हूँ, मगर पहली बार आया जी। अच्छा, गुरुपुर पे फिर आप आए, कैसा लगा अभी? बहुत बढ़िया जी, अगली बार भी आएंगे। धन्यवाद। सो बिल्कुल अपन देखा कि काफ़ी सारिया संगत पहली बार आई हैं, यदा मतलब कि पिछले सालों का ये जो आप गुरपुरब मनाया इतने वोद एक मैसेज गया है गुरु घर का संगत तक, काफ़ी सारे जिन्हों गल की वो पहली बार इतने आए हुए हैं। सो होर भी वेखो इधर संगत जड़िया उड़ीक खड़िया ने, उन्होंने भी आप जी दर्शन करवा रहे हैं। सो बड़े सुचजे ढंग के नाल जो है इतने सारा प्रबंध किया जाता है। बीबिया एक साइड तो आ रही ने, तो दूसरे पास जो ने सारे सिंह ते होर बिल्कुल आ देखो इन सारिया संगत खड़िया ने गुरु गोबिंद सिंह जी के प्यार दे विच दर्शनों की उड़ीक। ये सारी संगत दर्शनों वाली है संगत जी। आप देखते हैं लंगर हाल वाले पासे भी काफ़ी सारी संगत उत्थे भी आती है, पर जिहड़े इत्थे आण के खड़े ने ये सब दर्शनों के वास्ते आए हैं। वेखो छोटे छोटे बच्चों नू लैके आए हुए हैं, हाँ गोदी दे विच छोटे छोटे बाल ने। सो ये बाल गोबिंद जी का दर्शनों नू आए हुए ने। सो गुरु साहब की देखो मेहर है कि मैं लगता कि जिमें नीतीश कुमार जी कहते हैं हुण बिहार निवासियों इस गल का एहसास हो गया कि गोबिंद जी उन्होंने अपने ने। सो ये एहसास जड़ा एक बड़ा वड्डा है, क्योंकि जब किसी दे नाल कोई प्यार या कोई सत्कार बनता है फिर ही कोई इस ढंग के नाल आता है। सो कुछ इन्होंने। सो आपको कैसा लग रहा है, आप दर्शन के लिए आए हुए हैं? हाँ जी, मैं दर्शन के लिए आई हूँ। तो लोकल रहने वाले आप? हाँ मैं लोकल ही रहने वाली हूँ। अक्सर आते हैं यहाँ? या अक्सर आते हैं। कैसा लगता है गुरुद्वारे में आके? मुझे तो बहुत अच्छा सा फील होता है दर्शन करके। इस बार काफ़ी सारी नई संगत भी आई हुई है, मैंने काफ़ी से बात की, वो बोले हम पहली बार आए हैं पर बहुत अच्छा लगा। नहीं मैं तो ये थर्ड बार आई हूँ, तीसरे बार आई हूँ यहाँ, ऐसे जनरल घूमते आती हूँ। बच्चे यंगस्टर्स भी काफ़ी आए हुए हैं। आप बेटा आप पहली बार आए हैं, कैसा लग रहा है अभी? अच्छा लग रहा है। तो सारे देखो अपने बड़े परिवार के नाल आए हुए ने। सो हमने संगत उड़ीक दे विच ने। सो आपां देख सकते हैं कि ज़्यादातर संगत जिहड़ियां ने गैर सिख आपां कह दिए, वैसे गैर सिख तो मैनूं लगता गलत लफज हो जाएगा, हुण गैर नहीं रहे। ये जरूर है कि अजे सिखी दे वल थोड़ा थोड़ा इन्हों का प्यार बनया, क्योंकि जिन्होंने गुरु ने आप बुलाया वो कुछ ना कुछ सांझ तो होएगी, ता ही आ रहे हैं। सो देखो इन्हों के पहरावे तो लगता कि इस ज़्यादातर इस खेत्र के रहने वाले ने। देखो छोटे छोटे बच्चों भी लैके माइया आई ने, इतों का इन्हों के मन का आ देखो ये सब दुध पींदा पिया बच्चा भी नाल लैके आई हुई है। सो सब के मन के कोई ना कोई प्यार उत्साह मौजूद है। सो पटना साहब दियां रौनकां असीं आप संगतां दे नाल सांझियां करदे पए हां। संगतां बड़े प्यार दे नाल दर्शन मेले कर रही ने, बड़े उत्साह दे नाल उड़ीक दे विच भी ने। सो गुरु साहब जी की मेहर रहमत दे नाल इस धरती दे जिथे आप जी दर्शन कर रहे हो उत्थे ये जो गुरु घर दे विच महाराज दियां रहमतां वरत रही ने वो प्रतख असीं आप जी दे नाल संगतां दे मनोभाव भी सांझे करदे पए हां। सो गुरु साहब कृपा करन साडी सांझ अपने चरणा कमलों के नाल इदा ही बनी रहे।
ਬਲਕਿ ਮੈਂ ਸਮਝਦਾ ਕਿ ਪਾਤਸ਼ਾਹ ਦੀ ਮਿਹਰ ਰਹਿਮਤ ਹੋਰ ਵਧੇ, ਅਸੀਂ ਹੋਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਸੋ ਇੱਥੇ ਬੇਅੰਤ ਸੰਗਤਾਂ ਜਿਹੜੀਆਂ ਗੁਰੂ ਦੀਆਂ ਮਿਹਰ ਰਹਿਮਤ ਲੈ ਰਹੀਆਂ ਨੇ, ਯਾਦਗਾਰੀ ਤਸਵੀਰਾਂ ਖਿੱਚ ਰਹੀਆਂ ਨੇ, ਕੋਈ ਵੀਡੀਓ ਬਣਾ ਰਿਹਾ ਹੈ, ਕੋਈ ਫੋਟੋ ਖਿੱਚ ਰਿਹਾ। ਸੋ ਸਭ ਇਹਨਾਂ ਪਲਾਂ ਨੂੰ ਆਪਣੀ ਇੱਕ ਮਿੱਠੀ ਯਾਦ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ ਅਤੇ ਮਹਾਰਾਜ ਮਿਹਰ ਕਰਨ, ਸਦਾ ਹੀ ਸਾਡੇ ਮਨਾਂ ਦੇ ਵਿੱਚ ਵਸ ਜਾਣ, ਸਾਡੇ ਮਨ ਦੇ ਵਿੱਚ ਐਸੀ ਮਿਹਰ ਰਹਿਮਤ ਕਰ ਦੇਣ। ਵਸ ਮੇਰੇ ਗੋਬਿੰਦਾ, ਵਸ ਮੇਰੇ ਪਿਆਰਿਆ, ਹਰ ਕਰ ਕਿਰਪਾ ਮਨ ਵਸ ਜੀਓ। ਸੋ ਇਹ ਸੇਵਾ ਸਾਡੀ ਆਪ ਜੀਆਂ ਨੇ ਪ੍ਰਵਾਨ ਕਰਨੀ ਜੀ। ਗੁਰੂ ਬਾਬੇ ਦੀ ਮਹਿਮਾ, ਉਹਨਾਂ ਦੀ ਬਾਲ ਲੀਲਾ ਦਾ ਇੱਕ ਪ੍ਰਤੱਖ ਸਰੂਪ ਇਸ ਵਕਤ ਅਸੀਂ ਦੇਖ ਰਹੇ ਹਾਂ। ਦੇਖੋ ਕਿੰਨੀ ਪਿੱਛੇ ਤੱਕ ਕਿੰਨੀ ਵੱਡੀ ਕਤਾਰ ਲੱਗੀ ਹੋਈ ਹੈ। ਇਹ ਜੋ ਇੰਨੀ ਸੰਗਤ ਜੋ ਬਾਲ ਲੀਲਾ ਦਰਸ਼ਨ ਕਰਨ ਦੇ ਵਾਸਤੇ, ਪ੍ਰਸ਼ਾਦਾ ਛਕਣ ਦੇ ਵਾਸਤੇ ਆ ਰਹੀ ਹੈ, ਅਤੇ ਇੱਧਰ ਨੂੰ ਆਪਾਂ ਤੱਕੀਏ ਤਾਂ ਦੇਖੋ ਇਹ ਸਾਹਮਣੇ ਮੁੱਖ ਦੁਆਰ, ਇਹ ਸਾਰਾ ਸੰਗਤਾਂ ਦਾ ਪਾਰੀ ਇਕੱਠ, ਸਭ ਸੰਗਤਾਂ ਗੁਰਦੁਆਰਾ ਬਾਲ ਲੀਲਾ ਲੰਗਰ ਛਕਣ ਦੇ ਵਾਸਤੇ, ਦਰਸ਼ਨ ਕਰਨ ਦੇ ਵਾਸਤੇ ਆ ਰਹੀਆਂ ਨੇ। ਸੋ ਇੱਧਰ ਸਾਹਮਣੇ ਆਪਾਂ ਦਰਸ਼ਨ ਕਰ ਲਈਏ, ਜੋ ਸਥਾਨ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦਾ, ਬਿਲਕੁਲ ਬਾਲ ਲੀਲਾ ਦੇ ਸਾਹਮਣੇ। ਸੋ ਜਿੱਥੇ ਕਿ ਜਥੇ ਦੇ ਸੇਵਾਦਾਰ ਆਉਂਦੇ ਨੇ ਇੱਥੇ ਅਨੰਦ ਪਟਨਾ ਸਾਹਿਬ, ਤਾਂ ਇੱਥੇ ਆ ਕੇ ਉਹ ਰੁਕਦੇ ਨੇ। ਸੋ ਇਹ ਦੋਨੋਂ ਅਸਥਾਨ ਨਜ਼ਦੀਕ ਨੇ। ਸੋ ਆਪਾਂ ਦੇਖ ਰਹੇ ਹਾਂ ਕਿ ਗੁਰੂ ਸਾਹਿਬ ਜੀ ਦੀ ਮਿਹਰ ਰਹਿਮਤ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਸੰਗਤਾਂ, ਛੋਟੇ ਵੱਡੇ ਬਜ਼ੁਰਗ ਬੱਚੇ ਸਭ ਇਹ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ। ਸੋ ਪ੍ਰਸ਼ਾਸਨ ਨੇ ਵੀ ਬੜੇ ਸਿੱਧੇ ਢੰਗ ਦੇ ਨਾਲ ਸਾਰੇ ਇੰਤਜ਼ਾਮਾਤ ਕੀਤੇ ਹੋਏ ਨੇ, ਰਸਤੇ ਵੀ ਲਾਂਘੇ ਵੀ ਬਰਕਰਾਰ ਨੇ, ਅਤੇ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਆ ਰਹੀਆਂ ਜੋ ਲੋਕਲ ਸੰਗਤਾਂ ਨੇ ਉਹਨਾਂ ਦੇ ਵਾਸਤੇ ਵੀ ਸਾਰੇ ਪ੍ਰਬੰਧ ਜੋ ਹਨ ਉਹ ਕੀਤੇ ਗਏ ਨੇ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਫਰਾ ਤਫੜੀ ਵਾਲੀ ਗੱਲ ਨਾ ਹੋਏ। ਸੋ ਇੱਧਰ ਆਪਾਂ ਦੇਖ ਸਕਦੇ ਹਾਂ ਇਸ ਵਕਤ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਇਸ ਪਵਿੱਤਰ ਇਤਿਹਾਸਕ ਗੁਰ ਸਥਾਨ 'ਤੇ ਆਪਾਂ ਪਹੁੰਚੇ ਹਾਂ, ਅਤੇ ਇੱਧਰ ਆਪਾਂ ਦਰਸ਼ਨ ਕਰ ਸਕਦੇ ਹਾਂ। ਸਾਹਮਣੇ ਗੁਰਸਥਾਨ ਦੇ ਨਾਲ ਹੀ ਬੜੀ ਸੁੰਦਰ ਜੋ ਸਰਾਂ ਤਿਆਰ ਕੀਤੀ ਗਈ ਹੈ ਉਹਦੇ ਵੀ ਆਪ ਜੀ ਇਸ ਵਕਤ ਦਰਸ਼ਨ ਕਰਦੇ ਪਏ ਹੋ। ਅੱਗੇ ਚੱਲ ਕੇ ਅਸੀਂ ਆਪ ਜੀਆਂ ਨੂੰ ਦਰਸ਼ਨ ਕਰਾਉਂਦੇ ਹਾਂ। ਜੋ ਸੇਵਾਵਾਂ ਇੱਥੇ ਚੱਲ ਰਹੀਆਂ ਨੇ, ਲੰਗਰ ਪ੍ਰਸ਼ਾਦੇ ਦੀ ਸੇਵਾ ਬੜੀ ਵੱਡੀ ਸੇਵਾ, ਮੈਨੂੰ ਲੱਗਦਾ ਕਿ ਸ਼ਹਿਰ ਦੇ ਕੇਂਦਰ ਦੇ ਵਿੱਚ ਸਥਿਤ ਹੋਣ ਕਰਕੇ ਸਭ ਤੋਂ ਜ਼ਿਆਦਾ ਸੰਗਤ ਜਿਹੜੀ ਹੈ ਇੱਥੇ ਹੀ ਆ ਕੇ ਲੰਗਰ ਪ੍ਰਸ਼ਾਦਾ ਛਕਦੀ ਹੈ। ਸੋ ਬੇਅੰਤ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਸੋ ਅੱਜ ਵਿਸ਼ੇਸ਼ ਰੂਪ ਵਿੱਚ ਪੂਰਾ ਜਿਹਨੂੰ ਸੰਗਤ ਜੀ ਆਪਾਂ ਕਹਿੰਦੇ ਹਾਂ ਨਾ, ਮੇਲਾ ਭਰਿਆ ਪਿਆ। ਸੋ ਅੱਜ ਮੇਲਾ ਭਰਿਆ ਹੋਇਆ, ਅਤੇ ਪਰ ਪ੍ਰਬੰਧ ਬੜੇ ਸੁਚੱਜੇ ਢੰਗ ਦੇ ਨਾਲ ਕੀਤੇ ਹੋਣ ਕਰਕੇ, ਅਤੇ ਇਹ ਸਾਰਾ ਜੋ ਹੈ ਆਪਾਂ ਦੇਖ ਰਹੇ ਹਾਂ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਹਰ ਪੱਖ ਤੋਂ ਹੀ। ਫ੍ਰੀ ਮੈਡੀਕਲ ਕੈਂਪ ਲਗਾ ਲਓ, ਬਲੱਡ ਡੋਨੇਸ਼ਨ ਕੈਂਪ ਲਗਾ ਲਓ, ਹੋਰ ਸਮਾਜ ਸੇਵਾ ਦੀਆਂ ਗਤੀਵਿਧੀਆਂ ਸਾਰੀਆਂ ਹੀ ਇੱਥੇ ਚੱਲ ਰਹੀਆਂ ਨੇ। ਸੋ ਇੱਥੇ ਮਹਾਰਾਜ ਦੇ 353ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਖੂਨਦਾਨ ਕੈਂਪ ਵੀ, ਉਹਦਾ ਵੀ ਪ੍ਰਬੰਧ ਕੀਤਾ ਗਿਆ।
ਸੁਰੇਸ਼ ਜੀ ਕਿਵੇਂ ਚੱਲ ਰਿਹਾ ਜੀ ਖੂਨਦਾਨ ਕੈਂਪ ਦਾ ਜਿਹੜਾ ਪ੍ਰਬੰਧ ਕੀਤਾ ਗਿਆ? ਬਸ ਇਹ ਬਾਬਾ ਜੀ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਜਿਹੜਾ ਬਲੱਡ ਦਾ ਲੰਗਰ ਲਾਇਆ ਗਿਆ ਸੀ ਇਹ ਕੱਲ੍ਹ ਦਾ ਸ਼ੁਰੂ ਕੀਤਾ ਸੀ, ਅੱਜ ਸਮਾਪਤ ਹੋਇਆ ਹੈ। ਤਕਰੀਬਨ 175 ਡੋਨਰ ਨੇ ਖੂਨ ਡੋਨੇਟ ਕੀਤਾ ਹੈ ਅਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਦੇ ਨਾਲ ਆਪ ਜੀ ਦਾ ਧੰਨਵਾਦ ਵੀ ਕਰਦੇ ਹਾਂ ਜਿਹੜੇ ਸਾਰੇ ਪ੍ਰੋਗਰਾਮ ਨੂੰ ਸੰਗਤਾਂ ਤੱਕ ਪਹੁੰਚਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਵੀ ਕੁਝ ਲਿਮਿਟਸ ਵੀ ਹੁੰਦੀਆਂ ਨੇ ਸੰਗਤ ਜੀ, ਕਿਉਂਕਿ ਇਹਨੂੰ ਸੰਭਾਲਣਾ ਵੀ ਪੈਂਦਾ ਹੈ ਬਾਅਦ ਦੇ ਵਿੱਚ। ਸੋ ਅਸੀਂ ਦੇਖ ਸਕਦੇ ਹਾਂ, ਸੋ ਇਹ ਭਾਈ ਸਾਹਿਬ ਹੋਰੀ ਹੁਣ ਤਿਆਰੀਆਂ ਕਸ ਰਹੇ ਨੇ, ਇਹਨਾਂ ਨੇ ਪੂਰਾ ਇੱਥੇ ਮੈਡੀਕਲ ਕੈਂਪ ਔਰਗਨਾਈਜ਼ ਕੀਤਾ ਹੋਇਆ ਪਿਛਲੇ ਕਾਫੀ ਦਿਨਾਂ ਤੋਂ, ਹਰ ਤਰ੍ਹਾਂ ਦੀ ਦਵਾਈ ਕਿਉਂਕਿ ਮੈਡੀਕੇਸ਼ਨ ਦੀ ਜ਼ਰੂਰਤ ਪੈ ਜਾਂਦੀ ਹੈ ਅਕਸਰ। ਸੋ ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੇਵਾ ਕਿਵੇਂ ਚੱਲੀ ਜੀ ਇਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜਿਹਾ? ਬਹੁਤ ਵਧੀਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਰਹੀ, ਬਾਬੇ ਭੂਰੀ ਵਾਲਿਆਂ ਨੇ, ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਾ ਨੇ ਬਹੁਤ ਸਾਨੂੰ ਸਪੋਰਟ ਕੀਤਾ ਔਰ ਬਹੁਤ ਅੱਛਾ ਸਾਨੂੰ ਪ੍ਰਬੰਧ, ਹਰ ਫੈਸਿਲਿਟੀ ਉਹਨਾਂ ਪ੍ਰੋਵਾਈਡ ਕੀਤੀ ਹੈ ਅਤੇ ਅਸੀਂ ਵੀ ਤੁਹਾਨੂੰ ਮਨੋ ਸਾਰੀ ਸਾਡੀ ਟੀਮ ਨੇ ਸੇਵਾ ਨਿਭਾਈ ਆ, ਹਰ ਤਰ੍ਹਾਂ ਦੀ ਫੈਸਿਲਿਟੀਜ਼ ਉੱਥੇ ਅਸੀਂ ਪ੍ਰੋਵਾਈਡ ਕੀਤੀਆਂ, ਐਮਰਜੈਂਸੀਜ਼ ਵਗੈਰਾ ਸਾਰੀਆਂ ਅਸੀਂ ਅਟੈਂਡ ਕੀਤੀਆਂ ਔਰ ਸਭ ਤੋਂ ਜਿਹੜੀ ਮੇਨ ਗੱਲ ਆ ਕਿ ਇਹਦੇ ਵਿੱਚ ਅਸੀਂ 24 ਆਵਰ ਇਹ ਕੈਂਪ ਔਰਗਨਾਈਜ਼ ਕੀਤਾ ਔਰ ਇੱਕ ਮਿੰਟ ਵੀ ਬੰਦ ਨਹੀਂ ਕੀਤਾ ਗਿਆ ਔਰ ਇਸਦੇ ਜੋ ਸਾਨੂੰ ਪਿਛਲੇ ਸਾਲ ਦੇ ਕੋਈ ਕਮੀਆਂ ਆਈਆਂ, ਜਿਸ ਤਰ੍ਹਾਂ ਅਸੀਂ ਇੱਥੇ ਦੇਖ ਕੇ ਸੀ ਕਿ ਐਨੀਮਿਕ ਪੇਸ਼ੈਂਟ ਬਹੁਤ ਜ਼ਿਆਦਾ ਨੇ ਇਸ ਪਟਨਾ ਸਿਟੀ ਦੇ ਵਿੱਚ ਜਾਂ ਡਰਮੋਟਾਈਟਿਸ ਕਾਫੀ ਜ਼ਿਆਦਾ ਹੈ ਅਤੇ ਸਕਿਨ ਦੇ ਕਾਫੀ ਰੋਗ ਨੇ, ਉਹਦੀ ਸਪੈਸ਼ਲਿਟੀ ਅਸੀਂ ਨਾਲ ਲੈ ਕੇ ਆਏ ਸੀਗੇ ਅਤੇ ਬੜੀ ਮਹਾਰਾਜ ਕਿਰਪਾ ਰਹੀ, ਬਹੁਤ ਅੱਛਾ ਸਾਨੂੰ ਸੰਗਤ ਵੱਲੋਂ ਵੀ, ਸ਼ਹਿਰ ਵਾਸੀਆਂ ਵੱਲੋਂ ਵੀ, ਬਾਬਾ ਜੀ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਮਿਲਿਆ। ਸੋ ਬਿਲਕੁਲ ਇਹ ਪੰਜਾਬ ਤੋਂ ਹਰ ਸਾਲ ਖੰਨਾ ਤੋਂ ਜੀ, ਖੰਨਾ ਤੋਂ ਆਪ ਜੀ ਦਾ ਉੱਥੇ ਦਾ ਕੀ ਆਪਣਾ ਬਿਜ਼ਨਸ ਜਿਹੜਾ ਤੁਹਾਡਾ ਕਿਸ ਨਾਮ 'ਤੇ ਉੱਥੇ? ਉੱਥੇ ਸਾਡੀ ਸੰਸਥਾ ਦਾ ਨਾਮ ਹੈ ਸ੍ਰੀ ਅਕਾਲ ਸਹਾਇ ਮੈਡੀਕਲ ਕੇਅਰ ਸੁਸਾਇਟੀ ਦੇ ਨਾਮ 'ਤੇ ਅਸੀਂ ਖੰਨੇ ਤੋਂ ਇਸ ਨੂੰ ਓਪਰੇਟ ਕਰਦੇ ਹਾਂ ਜੀ। ਸੋ ਇੱਥੇ ਮੈਡੀਕਲ ਕੈਂਪ ਲਗਾਤਾਰ ਚੱਲਿਆ, ਸੋ ਮੈਨੂੰ ਖੁਦ ਵੀ ਜ਼ਰੂਰਤ ਪਈ ਸੀ ਕਿਉਂਕਿ ਆਉਂਦਿਆਂ ਥੋੜ੍ਹੀ ਜਿਹੀ ਸਿਹਤ ਦੀ ਪ੍ਰੋਬਲਮ ਹੋ ਗਈ ਸੀ, ਸੋ ਮੈਂ ਵੀ ਉੱਥੋਂ ਦਵਾਈ ਲਈ। ਸੋ ਸਾਰਿਆਂ ਦੇ ਵਾਸਤੇ ਕਿਉਂਕਿ ਡਾਕਟਰਸ ਵੀ ਜਿਵੇਂ ਇਹਨਾਂ ਨੇ ਦੱਸਿਆ ਕਿ 24 ਘੰਟੇ ਡਾਕਟਰਸ ਅਵੇਲੇਬਲ ਸਨ, ਸੋ ਇਹ ਬੜਾ ਅੱਛਾ ਪ੍ਰਬੰਧ ਅਤੇ ਇੱਥੇ ਦੀ ਮੇਰੇ ਖਿਆਲ ਲੋਕਲ ਜਿਹੜੇ ਲੋਕ ਉਹਨਾਂ ਨੇ ਵੀ ਆ ਕੇ ਪੂਰਾ ਲਾਭ ਲਿਆ ਹੋਏਗਾ ਜੀ? ਪੂਰਾ ਲਾਭ ਲਿਆ ਜੀ, ਜ਼ਿਆਦਾਤਰ 80% ਲੋਕਲ ਜੋ ਪਾਪੂਲੇਸ਼ਨ ਹੈ ਉਹਨਾਂ ਨੇ ਜ਼ਿਆਦਾ ਲਾਭ ਲਿਆ ਜੀ। ਜੀ ਜੀ, ਉੱਥੇ ਉਹਨਾਂ ਨੂੰ ਮੈਡੀਸਨ ਵਗੈਰਾ ਵੀ, ਮੈਡੀਸਨਸ ਉਹਨਾਂ ਨੂੰ ਅਸੀਂ ਪ੍ਰੋਵਾਈਡ ਕੀਤੀਆਂ, ਉਹਨਾਂ ਦਾ ਪੂਰੀ ਚੈੱਕਅਪ ਕਰਕੇ ਟੈਸਟ ਕਰਨ ਤੋਂ ਬਾਅਦ ਉਹਨਾਂ ਮੈਡੀਸਨ ਦਿੱਤੀਆਂ ਗਈਆਂ। ਜਿਸ ਤਰ੍ਹਾਂ ਕੋਈ ਐਨੀਮਿਕ ਪੇਸ਼ੈਂਟ ਆ ਉਹਨੂੰ 3 ਮਹੀਨੇ ਘੱਟੋ ਘੱਟ ਆਇਰਨ ਵਗੈਰਾ ਦੀ ਜਾਂ ਪ੍ਰੋਟੀਨ ਡੈਫੀਸ਼ੀਐਂਸੀ ਲੋੜ ਹੁੰਦੀ ਆ ਪ੍ਰੋਟੀਨ ਦੀ, ਉਹ ਅਸੀਂ ਉਹਨਾਂ ਨੂੰ ਪੂਰੀ ਪ੍ਰੋਵਾਈਡ ਕਰਾਈ ਹੈ। ਇਟਸ ਨੋਟ ਏ ਚੈੱਕਅਪ ਕਮ, ਇਟਸ ਏ ਟ੍ਰੀਟਮੈਂਟ ਕੈਂਪ। ਸੋ ਬਿਲਕੁਲ ਬਹੁਤ ਵਧੀਆ ਢੰਗ ਦੇ ਨਾਲ ਭਾਈ ਸਾਹਿਬ ਹੋਰੀ ਹਰ ਸਾਲ ਹੀ ਸੇਵਾ ਕਰਦੇ ਨੇ ਅਤੇ ਹਰ ਸਾਲ ਹੀ ਸੇਵਾ ਦੇ ਵਿੱਚ ਵਾਧਾ ਹੋ ਰਿਹਾ। ਸੋ ਗੁਰੂ ਸਾਹਿਬ ਇਹਨਾਂ ਦੀ ਵੀ ਸੇਵਾ ਪ੍ਰਵਾਨ ਕਰਨ। ਸੋ ਬਿਲਕੁਲ ਆਪਾਂ ਅੱਗੇ ਚੱਲ ਕੇ ਆਪ ਜੀਆਂ ਨੂੰ ਦਰਸ਼ਨ ਕਰਾਉਂਦੇ ਹਾਂ ਜਿੱਥੇ ਇਹ ਕੈਂਪ ਚੱਲਦਾ ਪਿਆ ਸੀ। ਅਤੇ ਸੋ ਸੰਗਤ ਜੀ, ਇਹ ਪਵਿੱਤਰ ਅਸਥਾਨ ਗੁਰਦੁਆਰਾ ਬਾਲ ਲੀਲਾ ਸਾਹਿਬ, ਮੈਣੀ ਸੰਗਤ, ਰਾਜਾ ਫਤਿਹ ਚੰਦ ਮੈਣੀ ਦਾ ਘਰ ਕਹਿ ਲਈਏ, ਉਹਨਾਂ ਦੀ ਹਵੇਲੀ ਕਹਿ ਲਈਏ, ਉਹਨਾਂ ਦਾ ਮਹਿਲ ਕਹਿ ਲਈਏ, ਸੋ ਕਿਸੇ ਵੀ ਰੂਪ ਵਿੱਚ ਆਪਾਂ ਕੋਈ ਵੀ ਸੰਗਿਆ ਦੇ ਸਕਦੇ ਹਾਂ। ਸੋ ਇਸ ਵਕਤ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ। ਸੋ ਰਾਜਾ ਫਤਿਹ ਚੰਦ ਮੈਣੀ ਸਭ ਕੁਝ ਗੁਰੂ ਬਾਬੇ ਦੀਆਂ ਬੇਅੰਤ ਬਖਸ਼ਿਸ਼ਾਂ ਸਨ, ਪਰ ਕੋਈ ਔਲਾਦ ਨਹੀਂ ਸੀ, ਬੱਚਾ ਨਹੀਂ ਸੀ, ਰਾਣੀ ਮੈਣੀ ਦੇ ਮਨ 'ਚ ਬੜੀ ਖਿੱਚ ਸੀ ਅਤੇ ਪੰਡਿਤ ਸ਼ਿਵਦੱਤ ਜੀ ਦੇ ਨਾਲ, ਕਿਉਂਕਿ ਉਹ ਇੱਥੋਂ ਦੇ ਸਤਿਕਾਰਯੋਗ ਭਗਤ ਸਨ, ਉਹਨਾਂ ਦੇ ਨਾਲ ਵਿਚਾਰ ਕੀਤੀ ਤਾਂ ਉਹਨਾਂ ਨੇ ਗਾਈਡ ਕੀਤਾ ਕਿ ਇੱਥੇ ਤਾਂ ਰੱਬ ਆਪ ਇਹਨਾਂ ਗਲੀਆਂ ਦੇ ਵਿੱਚ ਤੁਹਾਡੇ ਲਾਗੇ ਹੀ ਖੇਡ ਲਿਆ ਅਤੇ ਉਹਨੂੰ ਅਰਦਾਸ ਕਰੋ। ਸੇ ਮਾਤਾ ਜੀ ਆਪਣੇ ਮਨ ਦੀ ਬਿਰਹੋਂ ਦੇ ਨਾਲ ਬੜੇ ਪਿਆਰ ਦੀ ਇੱਕ ਅਰਦਾਸ ਦੇ ਵਿੱਚ ਬੈਠੇ ਸਨ ਕਿ ਬਾਲਾ ਪ੍ਰੀਤਮ ਖੇਡਦੇ ਖੇਡਦੇ ਆਣ ਕੇ ਗੋਦੀ ਵਿੱਚ ਬੈਠ ਗਏ ਅਤੇ ਉਹ ਅਲਫਾਜ਼ ਬੋਲੇ ਜਿਸ ਦੀ ਬੜੇ ਲੰਬੇ ਅਰਸੇ ਤੋਂ ਉਡੀਕ ਸੀ, ਮਾਂ ਮੈਂ ਆ ਗਿਆ। ਸੋ ਮੈਂ ਸਮਝਦਾ ਰਾਣੀ ਬਿਸ਼ੰਬਰਾ ਦੇਵੀ
ਧੰਨ ਹੈ ਉਹ ਮਾਤਾ ਜਿਸ ਦੀ ਸ਼ਰਧਾ ਐਡੀ ਵੱਡੀ ਐਡੀ ਮਹਾਨ ਉਹ ਪ੍ਰਵਾਨ ਚੜ੍ਹੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਮਾਂ ਦਾ ਖਿਤਾਬ ਦਿੱਤਾ ਮਾਤਾ ਗੁਜਰੀ ਜੀ ਅਤੇ ਮਾਤਾ ਬਿਸੰਬਰਾ ਦੇਵੀ ਰਾਣੀ ਮੈਣੀ ਜਿਹਨੂੰ ਆਪਾਂ ਕਹਿੰਦੇ ਹਾਂ ਸੋ ਬਾਲ ਗੋਬਿੰਦ ਰਾਏ ਜੀ ਨੇ ਇਹਨਾਂ ਦੋਨਾਂ ਦਾ ਹੀ ਪਿਆਰ ਮਾਣਿਆ ਖੈਰ ਮਾਤਾ ਗੁਜਰੀ ਜੀ ਦੀ ਕੁਰਬਾਨੀਆਂ ਅਤੇ ਉਹਨਾਂ ਦੀ ਦੇਣ ਬਹੁਤ ਵੱਡੀ ਹੈ ਪਰ ਜਦ ਵੀ ਅਸੀਂ ਪਟਨਾ ਸਾਹਿਬ ਦੀ ਧਰਤੀ 'ਤੇ ਆਉਂਦੇ ਹਾਂ ਅਤੇ ਇਵੇਂ ਮਹਿਸੂਸ ਹੁੰਦਾ ਕਿ ਰਾਣੀ ਬਿਸੰਬਰਾ ਦੇਵੀ ਇਹਨਾਂ ਨੂੰ ਚਾਹ ਚੜ੍ਹ ਜਾਂਦਾ ਅਤੇ ਇਹਨਾਂ ਦੇ ਲੰਗਰ ਜਿਹੜੇ ਨੇ ਦੇਖੋ ਜੋ ਕਿ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਇੱਥੋਂ ਦੀ ਸਾਰੀ ਸੇਵਾ ਪ੍ਰਾਪਤ ਹੈ ਅਤੇ ਇੱਥੋਂ ਦੇ ਲੰਗਰ ਜਿਹੜੇ ਨੇ ਉਹ ਆਪਣੀ ਪਹਿਚਾਣ ਆਪ ਬਣ ਚੁੱਕੇ ਨੇ ਸੋ ਬੜੇ ਹੀ ਪਿਆਰ ਦੇ ਨਾਲ ਇੱਥੇ ਸਾਰੀਆਂ ਰਹਿਮਤਾਂ ਵਰਤ ਰਹੀਆਂ ਨੇ ਸੋ ਕਿਵੇਂ ਵਰਤ ਰਹੀਆਂ ਨੇ ਆਓ ਆਪਾਂ ਅੰਦਰ ਚੱਕ ਕੇ ਦਰਸ਼ਨ ਕਰਦੇ ਹਾਂ ਜੀ ਸੇਵਾ ਦਾ ਇਹ ਮਹਾਂਕੁੰਭ ਬੜੇ ਜੋਸ਼ੋ ਖਰੋਸ਼ ਦੇ ਨਾਲ ਜਾ ਰਹੀ ਹੈ ਸਾਰਾ ਇਸ ਵਕਤ ਸਾਰੇ ਦਾ ਵੇਵਾ ਭਰਿਆ ਪਿਆ ਬੇਅੰਤ ਸੰਗਤਾਂ ਆਪਾਂ ਝਾਤੀ ਮਾਰ ਸਕਦੇ ਹਾਂ ਅਤੇ ਪੰਡਾਲ ਭਰੇ ਪਏ ਨੇ ਸੰਗਤਾਂ ਸੱਜੀਆਂ ਹੋਈਆਂ ਨੇ ਅਤੇ ਸੰਗਤਾਂ ਰੀਤਾਦਾਰ ਦੇ ਵਿੱਚ ਆ ਰਹੀਆਂ ਨੇ ਅਤੇ ਇਸ ਵਕਤ ਅਸੀਂ ਦੇਖ ਸਕਦੇ ਹਾਂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖ ਸਾਡੇ ਨਾਲ ਨੇ ਇਸ ਵਕਤ ਬਾਬਾ ਜੀ ਖੁਦ ਸੇਵਾ ਦੀ ਅਗਵਾਈ ਕਰਦੇ ਪਏ ਨੇ ਅਤੇ ਬਾਬਾ ਜੀ ਜੋੜ ਮੇਲਾ ਪੂਰਾ ਭਰਿਆ ਪਿਆ ਇਸ ਵਕਤ ਮਹਾਰਾਜ ਦੀ ਕਿਰਪਾ ਦੇ ਨਾਲ ਅਤੇ ਖੁਸ਼ੀਆਂ ਦੇ ਮਿਹਰਾਂ ਦੇ ਕੋਈ ਬਚਨ ਸੰਗਤਾਂ ਦੇ ਨਾਲ ਆਪ ਜੀ ਸਾਂਝੇ ਕਰਦੇ ਜੀ ਅੱਜ ਦੁਨੀਆ ਭਰ ਦੇ ਵਿੱਚ ਸਾਹਿਬ ਕਮਾਲ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਪਟਨਾ ਸਾਹਿਬ ਦੀ ਉਸ ਪਵਿੱਤਰ ਧਰਤੀ ਬਿਹਾਰ ਪਟਨਾ ਸਾਹਿਬ ਦੀ ਉਸ ਪਵਿੱਤਰ ਧਰਤੀ 'ਤੇ ਮਨਾ ਰਹੀਆਂ ਸੰਗਤਾਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਤਿਕਾਰਯੋਗ ਧੰਨ ਧੰਨ ਮਾਤਾ ਗੁੱਜਰ ਕੌਰ ਦੀ ਕੁੱਖੋਂ ਅਤੇ ਨਵੇਂ ਪਾਤਸ਼ਾਹ ਤੇਗ ਬਹਾਦਰ ਹਿੰਦ ਦੀ ਚਾਦਰ ਉਹਨਾਂ ਦੇ ਗ੍ਰਹਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਵਤਾਰ ਧਾਰਿਆ ਸੀ ਸਤਿਗੁਰਾਂ ਦੇ ਇਸ ਅਵਤਾਰ ਧਾਰਨੇ ਦੀ ਖੁਸ਼ੀ ਨੂੰ ਗੁਰਪੁਰਬ ਨੂੰ ਅੱਜ ਉਸ ਮੁਕੱਦਸ ਪਵਿੱਤਰ ਅਤੇ ਮਹਾਨ ਧਰਤੀ ਦੇ ਉੱਤੇ ਦੁਨੀਆ ਭਰ ਦੇ ਵਿੱਚੋਂ ਜਿੱਥੇ ਸਿੱਖ ਸੰਗਤਾਂ ਪਹੁੰਚੀਆਂ ਨੇ ਉੱਥੇ ਬਿਹਾਰ ਸਟੇਟ ਪ੍ਰਾਂਤ ਸੂਬੇ ਦੀ ਜਿਹੜੀ ਸੰਗਤ ਹੈ ਜਿਹੜੇ ਇੱਥੋਂ ਦੀ ਸੰਗਤ ਹੈ ਚਾਹੇ ਉਹ ਪਟਨਾ ਸ਼ਹਿਰ ਦੀ ਆ ਜਾਂ ਆਸ ਪਾਸ ਦੇ ਪਿੰਡਾਂ ਦੀ ਸੰਗਤ ਹੈ ਜਾਂ ਸ਼ਹਿਰਾਂ ਦੀ ਸੰਗਤ ਆ ਉਹ ਸਿੱਖ ਸੰਗਤਾਂ ਨਾਲੋਂ ਉਹ ਸੰਗਤਾਂ ਜ਼ਿਆਦਾ ਨੇ ਜਿਹੜੀਆਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਕਦੀ ਆਪਣੇ ਮੁਖਾਰਬਿੰਦ 'ਚੋਂ ਇਹ ਉਪਦੇਸ਼ ਦਿੱਤਾ ਸੀ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਪੋ ਦਾ ਜੋ ਸੰਦੇਸ਼ ਦਿੱਤਾ ਅੱਜ ਉਹ ਜਿਹੜਾ ਮਤਲਬ ਸੱਚ ਜੋ ਹੈ ਉਹ ਸਾਬਤ ਹੋ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਵੇਂ ਉਹ ਸਿੱਖਾਂ ਦੇ ਹਿੱਸੇ 'ਚ ਆਏ ਪਰ ਉਹ ਮਨੁੱਖਤਾ ਦੇ ਗੁਰੂ ਸਨ ਮਨੁੱਖਤਾ ਦੇ ਗੁਰੂ ਸਨ ਅੱਜ ਉਹਨਾਂ ਦੇ ਇਸ ਪਾਵਨ ਧਰਤੀ 'ਤੇ ਕੋਈ ਨਹੀਂ ਪਛਾਣਿਆ ਜਾਂਦਾ ਕਿ ਹਿੰਦੂ ਆ ਇਹ ਮੁਸਲਿਮ ਹੈ ਇਹ ਸਿੱਖ ਆ ਈਸਾਈ ਆ ਜੈਨੀ ਆ ਬੋਧੀ ਆ ਪਾਰਸੀ ਆ ਸਾਰੇ ਸ਼ਰਧਾਲੂ ਦੇ ਰੂਪ ਦੇ ਵਿੱਚ ਤਖ਼ਤ ਸਾਹਿਬ ਮੱਥਾ ਟੇਕ ਰਹੇ ਆ ਗੁਰਦੁਆਰਾ ਬਾਲ ਲੀਲਾ ਸਾਹਿਬ ਮੱਥਾ ਟੇਕ ਰਹੇ ਆ ਕੰਗਨ ਘਾਟ ਮੱਥਾ ਟੇਕ ਰਹੇ ਆ ਗਾਏ ਘਾਟ ਮੱਥਾ ਟੇਕ ਰਹੇ ਹੋਰ ਪਾਵਨ ਸਥਾਨ ਜੋ ਨੇ ਸਾਰੇ ਪਾਸੇ ਇੱਕ ਜਿਹੜਾ ਵਾ
ਹੜ ਉਮੜਿਆ ਹੋਇਆ ਵਾ ਸੰਗਤਾਂ ਦਾ ਅਤੇ ਦਾਸ ਇਸ ਪਾਵਨ ਦਿਹਾੜੇ ਦੀ ਪਵਿੱਤਰ ਦਿਨ ਦੀ ਸਾਰੀਆਂ ਹੀ ਸੰਗਤਾਂ ਨੂੰ ਲੱਖ 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 ਕੋਟ 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 ਵਧਾਈ ਦਿੰਦਾ ਅਤੇ ਨਾਲੇ ਇਹ ਅਰਦਾਸ ਕਰਦਾ ਗੁਰੂ ਚਰਨਾਂ ਦੇ ਵਿੱਚ ਕਿ ਹਰ ਸਾਲ ਇਸੇ ਹੀ ਤਰ੍ਹਾਂ ਪਿਆਰ ਨਾਲ ਏਕਤਾ ਨਾਲ ਸਦਭਾਵਨਾ ਦੇ ਨਾਲ ਭਾਈਚਾਰੇ ਦੇ ਨਾਲ ਸਮੁੱਚੀ ਮਨੁੱਖਤਾ ਜਿਹੜੀ ਹੈ ਇਸ ਦਿਨ ਨੂੰ ਮਨਾਇਆ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਬੜਾ ਵੱਡਾ ਸੁਨੇਹਾ ਜੋ ਇੱਥੋਂ ਪ੍ਰਾਪਤ ਹੋ ਰਿਹਾ, ਮਨੁੱਖਤਾ ਇਕੱਤਰ ਹੋ ਗਈ ਆ ਤੋ ਸਾਰੇ ਸੰਤ ਮਹਾਂਪੁਰਖ ਨਾਲ ਬਾਬਾ ਜੀ ਦੇ ਸੇਵਾ ਦੇ ਵਿੱਚ ਸਾਰੇ ਆਪਾਂ ਦਰਸ਼ਨ ਕਰ ਰਹੇ ਹਾਂ। ਵੇਖੋ ਸੰਗਤਾਂ ਜੀ ਬਾਬਾ ਜੀ ਖੁਦ ਪ੍ਰਸ਼ਾਦਾ ਵਰਤਾਉਂਦੇ ਹੋਏ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ 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 ਵਾਹਿਗੁਰੂ। ਬੜਾ ਮੇਰਾ ਭਰਿਆ ਮਾਹੌਲ, ਅਸੀਂ ਦਰਸ਼ਨ ਕੀਤੇ, ਮਹਾਂਪੁਰਖਾਂ ਨੇ ਖੁਦ ਹੱਥੀਂ ਪ੍ਰਸ਼ਾਦਾ ਵਰਤਾਇਆ ਅਤੇ ਇਹ ਸਾਰਾ ਇੱਥੇ ਜੋ ਪ੍ਰਤਾਪ ਆਪਾਂ ਤੱਕਦੇ ਪਏ ਹਾਂ ਇਹ ਸਾਰਾ ਕਾਰ ਸੇਵਾ ਭੂਰੀ ਵਾਲੇ ਸੰਪਰਦਾ ਉਹਨਾਂ ਵੱਲੋਂ ਨਿਰੰਤਰ ਸੇਵਾ ਚੱਲਦੀ ਪਈ ਹੈ। ਜੋੜ ਮੇਲਾ ਆਰੰਭ ਹੋਣ ਤੋਂ ਪਹਿਲਾਂ ਸਫਾਈ ਦਾ ਧਿਆਨ ਰੱਖੋ, ਇੱਕ ਨੰਬਰ ਖੋਲ ਦਿਓ ਬੈਲਰ, ਸੰਗਤ ਨੂੰ ਆਉਣ ਦਿਓ। ਸੋ ਇੱਧਰ ਵੇਖੋ ਬਾਬਾ ਜੀ ਦੇ ਜਥੇਦਾਰ ਸਿੰਘ ਉੱਤੋਂ ਬੈਠ ਕੇ ਸਾਰੇ ਪਾਸੇ ਨਿਗਰਾਨੀ ਰੱਖਦੇ ਨੇ। ਸੋ ਇੱਥੋਂ ਬੈਠ ਕੇ ਸੰਗਤ ਜੀ ਨਿਗਰਾਨੀ ਕਰਦੇ ਨੇ ਭਾਈ ਸਾਹਿਬ ਹੋਰੀ। ਸੋ ਬਾਬਾ ਜੀ ਕਿਵੇਂ ਚੱਲਦੀ ਪਈ ਅੱਜ ਦੀ ਸੇਵਾ ਜਿਹੜੀ? ਅੱਜ ਸੰਗਤ ਦਾ ਬਹੁਤ ਰਸ਼ ਆ, ਸਵੇਰ ਤੋਂ 10 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਸੰਗਤ ਦੀ ਲਾਈਨ ਲੱਗੀ ਆ 1.5 ਕਿਲੋਮੀਟਰ ਤੱਕ, ਅਤੇ ਸੰਗਤਾਂ ਨੂੰ ਵੀ ਸਫਾਈ ਕਰਕੇ ਅਤੇ ਸੋਹਣਾ ਪ੍ਰਬੰਧ ਕਰਕੇ ਬੜੇ ਪਿਆਰ ਨਾਲ ਗੁਰੂ ਦੀਆਂ ਸੰਗਤਾਂ ਲੰਗਰ ਛਕਾਇਆ ਜਾ ਰਿਹਾ। ਅੱਜ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਸੰਗਤਾਂ ਦਾ ਕਈ ਦਿਨ ਤੋਂ ਬਹੁਤ ਰਸ਼ ਆ, ਅੱਜ ਵੀ ਬਹੁਤ ਵੱਡਾ ਰਸ਼ ਆ। 1.5 ਕਿਲੋਮੀਟਰ ਪਿੱਛੋਂ ਤੱਕ ਸੰਗਤਾਂ ਲਾਈਨ ਲੱਗੀ ਆ, ਸੰਗਤਾਂ ਨੂੰ ਰੋਕ ਰੋਕ ਕੇ ਬੜੇ ਪਿਆਰ ਨਾਲ ਲੰਗਰ ਛਕਾਇਆ ਜਾ ਰਿਹਾ ਵਾ। ਸਫਾਈ ਕਰਕੇ ਜਿਹੜੇ ਵਰਤਾਵੇ ਆ ਉਹ ਵੀ ਬੜੇ ਪਿਆਰ ਨਾਲ ਲੰਗਰ ਛਕਾਉਣ ਡਿਆ ਆ। ਬਿਹਾਰ 40-40 ਕਿਲੋਮੀਟਰ ਤੋਂ 50-50 ਕਿਲੋਮੀਟਰ ਤੋਂ ਇੱਥੇ ਆ ਕੇ
ਇਹ ਬਿਹਾਰੀ ਸੰਗਤਾਂ ਵੀ ਲੰਗਰ ਇਹ ਛਕ ਰਹੀਆਂ ਆ ਗਏ ਅਤੇ ਲੰਗਰ ਦਾ ਪ੍ਰਬੰਧ ਜਿਹੜਾ ਨਾ ਇਹ ਕਾਰ ਸੇਵਾ ਬਾਬੇ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਉਹਨਾਂ ਦੀ ਗਵਾਹੀ ਹੈ ਅਤੇ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਹੈ ਅਤੇ ਇਹ ਪ੍ਰਬੰਧ ਜਿਹੜਾ ਇਹ ਸਾਰਾ ਸਿੱਖ ਸਿਖਤ ਜਿਹੜਾ ਵਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਦਾ ਪ੍ਰਬੰਧ ਵੇਖੋ ਸਫਾਈ ਕਰਕੇ ਝਾੜੂ ਨਾਲ ਫਿਰ ਸੰਗਤ ਨੂੰ ਬਹਾ ਜਾਂਦਾ ਸੰਗਤ ਨੂੰ ਬਹਾ ਕੇ ਬੜੇ ਪਿਆਰ ਨਾਲ ਲੰਗਰ ਛਕਾਇਆ ਜਾਂਦਾ ਅਤੇ ਸੰਗਤਾਂ ਇਹ ਚਾਰ ਪੰਜ ਦਿਨ ਤੋਂ ਇੱਦਾਂ ਹੀ ਮਹਾਰਾਜ ਦੀ ਕਿਰਪਾ ਹਰ ਸਾਲ ਇੱਦਾਂ ਹੀ ਮਿਹਰ ਹੁੰਦੀ ਇੱਥੇ ਇਹ ਬਾਲ ਲੀਲਾ ਇੱਥੇ ਲੀਲਾ ਹੀ ਵਰਤ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੱਚਮੁੱਚ ਜਿਹੜਾ ਜਥੇਦਾਰ ਸਾਹਿਬ ਨੇ ਬਚਨ ਕੀਤਾ ਇੱਥੇ ਲੀਲਾ ਹੀ ਵਰਤ ਰਹੀ ਹੈ ਗੁਰੂ ਕਰਗੀਧਰ ਪਾਤਸ਼ਾਹ ਦੀ ਅਤੇ ਨਿਰੰਤਰ ਹੀ ਵਰਤੀ ਜਾ ਰਹੀ ਆ ਅੱਜ ਤਾਂ ਮੈਂ ਦੇਖਦਾ ਕਿ ਕੀ ਲਹਿਰਾਂ ਬਹਿਰਾਂ ਹਰ ਪਾਸੇ ਹੀ ਸੰਗਤਾਂ ਦਾ ਭਾਰੀ ਇਕੱਠ ਬੜਾ ਚਾਅ ਆ ਸੰਗਤਾਂ 'ਚ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਤਾ ਹੀ ਨਹੀਂ ਮਹਾਰਾਜ ਦੇ 36 ਪ੍ਰਕਾਰ ਦਾ ਭੋਜਨ ਜਿਵੇਂ ਗੁਰਬਾਣੀ ਦੇ ਵਿੱਚ ਵਿਖਿਆਨ ਕੀਤਾ ਜਾਂਦਾ ਸੋ ਉਹ ਅਸੀਂ ਇੱਥੇ ਦੇਖ ਰਹੇ ਹਾਂ ਬੇਅੰਤ ਪਦਾਰਥ ਜਿਹੜੇ ਨੇ ਉਹ ਵਰਤਾਏ ਜਾ ਰਹੇ ਨੇ ਸੰਗਤਾਂ ਦੇ ਵਿੱਚ ਸੋ ਆਪਣੀ ਗੁਲਾਬ ਜਾਮੁਨ ਜਲੇਬ ਹੋਰ ਪਦਾਰਥ ਜਿਵੇਂ ਕਿਸੇ ਦੀ ਜ਼ਰੂਰਤ ਹੈ ਜਿਵੇਂ ਕਿਸੇ ਦੇ ਮਨ ਦੀ ਇੱਛਾ ਹੈ ਜਿੰਨਾ ਕੋਈ ਛਕ ਸਕਦਾ ਕਿਸੇ ਦਾ ਕੋਈ ਇਹ ਨਹੀਂ ਆ ਕਿ ਉਹਨੇ ਉਹਨੂੰ ਇੰਨਾ ਮਿਲਣਾ ਜਾਂ ਕਿੰਨਾ ਮਿਲਣਾ ਇਹ ਆਪਣੀ ਇੱਛਾ ਅਨੁਸਾਰ ਜਿੰਨਾ ਕੁਝ ਛਕ ਸਕਦਾ ਝੂਠ ਵੀ ਨਹੀਂ ਛੱਡਣੀ ਅਤੇ ਪਿਆਰ ਦੇ ਨਾਲ ਜਿੰਨਾ ਕੁਝ ਛਕ ਸਕਦਾ ਉਹ ਛਕੇ ਸੋ ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਭਰੇ ਭੰਡਾਰੇ ਨੇ ਰਾਣੀ ਮਹਿਣੀ ਉਹਦੇ ਮਹਿਲਾਂ ਦੇ ਵਿੱਚ ਸਦਾ ਹੀ ਲੰਗਰ ਵਰਤਦਾ ਰਿਹਾ ਅਤੇ ਇੱਥੇ ਵੀ ਭੂਰੀ ਵਾਲੇ ਮਹਾਂਪੁਰਖ ਜਿਹੜੇ ਨੇ ਉਹ ਵੀ ਉਸੇ ਪਰੰਪਰਾ ਨੂੰ ਨਿਰੰਤਰ ਅੱਗੇ ਵਧਾ ਰਹੇ ਨੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਮਿਹਰਾਂ ਆਪਾਂ ਪ੍ਰਤੱਖ ਦੇਖ ਰਹੇ ਹਾਂ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਸੋ ਵੇਖੋ ਇਸ ਵਕਤ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਜਿਹੜੀ ਪੰਗਤ 'ਚੋਂ ਸੰਗਤ ਉੱਠ ਜਾਂਦੀ ਹੈ ਉੱਥੇ ਸੇਵਾਦਾਰ ਇੱਕਦਮ ਸਫਾਈ ਕਰਨ ਲੱਗ ਜਾਂਦੇ ਨੇ ਸੋ ਇੱਥੇ ਸਫਾਈ ਹੋ ਰਹੀ ਹੈ ਅਤੇ ਜਿਵੇਂ ਹੀ ਸਫਾਈ ਮੁਕੰਮਲ ਹੋ ਜਾਣੀ ਹੈ ਫਿਰ ਇੱਥੇ ਵੀ ਪੰਗਤ ਸੱਜ ਜਾਣੀ ਹੈ ਸੋ ਇਹ ਹਰ ਤਰ੍ਹਾਂ ਦਾ ਸੇਵਾ ਦਾ ਪ੍ਰਬੰਧ ਜੋ ਹੈ ਉਹ ਇੱਥੇ ਬੜੇ ਬਖੂਬੀ ਸੇਵਾਵਾਂ ਬਾਬਾ ਜੀ ਕਿੰਨੇ ਕੁ ਸੰਗਤ ਸੇਵਾ ਵਿੱਚ ਲੱਗੀ ਹੈ ਜਿਹੜੀ ਇਸ ਵੇਲੇ ਦੀ ਕੋਈ ਇਹ ਸੰਗਤ 'ਚ ਕੋਈ 200-250-300 ਬੰਦਾ ਜਿਹੜਾ ਵਰਤਾਵਾ ਹੀ ਲੱਗਾ ਵਾ ਕੋਈ ਭਾਉਣ ਡਿਆ ਸੰਗਤ ਨੂੰ ਪਿਆਰ ਨਾਲ ਕੋਈ ਲੰਗਰ ਵਰਤਾਉਣ ਡਿਆ ਵਾ ਅਤੇ ਕੋਈ ਝਾੜੂ ਸੇਵਾ ਕਰ ਰਿਹਾ ਕੋਈ ਭਾਂਡਿਆਂ ਦੀ ਸੇਵਾ ਕਰ ਰਿਹਾ ਇਹ 250-300 ਸਰੀਰ ਆ ਜਿਹੜਾ ਸੇਵਾ ਮਾਈ ਭਾਈ ਕਰ ਰਹੇ ਨੇ ਅਤੇ ਇੱਕ ਸਿਮਟ 'ਚ 200-250 ਕਰਦਾ ਵਾ ਜਿਹੜੀ ਸਿਫਟ ਹੁਣ ਚੱਲ ਰਹੀ ਆ ਇਹ ਰਹਿਣੀਆਂ ਚਾਰ ਵਜੇ ਲੈ ਕੇ ਰਾਤ ਦੇ 2 ਵਜੇ ਤੱਕ ਅਤੇ ਮੁੜ ਕੇ 2 ਵਜੇ ਲੈ ਕੇ ਦਿਨ ਦੇ 4 ਵਜੇ ਤੱਕ ਸ਼ਿਫਟਾਂ ਦੇ ਵਿੱਚ ਸੇਵਾ ਚੱਲਦੀ ਹੈ ਕਿਉਂਕਿ ਚੱਲਦਾ ਹੀ ਰਹਿਣਾ ਅੱਜ ਤਾਂ 24 ਘੰਟੇ ਹੀ ਮਹਾਰਾਜ ਦਾ ਵੈਸੇ ਵੀ ਸਾਰੀ ਰਾਤ ਹੀ ਖੁੱਲ੍ਹਾ ਹੁੰਦਾ ਪਰ ਕਿਉਂਕਿ ਮੁੱਖ ਸਮਾਗਮ ਨੇ ਅਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਕੋ ਕਿੱਦਾਂ ਸੰਗਤ ਆ ਕੇ ਸੱਜਦੀ ਪਈ ਹੈ ਆ ਪਿਛਲੇ ਪਾਸੇ ਝਾਤੀ ਮਾਰੀਏ ਜਿੰਨੀ ਜਲਦੀ ਪੰਗਤ ਸੱਜਣੀ ਨਾਲੋਂ ਨਾਲ ਸੇਵਾਦਾਰ 10-12 ਸੇਵਾਦਾਰ ਪਿੱਛੇ ਨਾਲੋਂ ਨਾਲ ਹੀ ਵਰਤਾ ਰਹੇ ਨੇ ਵਰਤਾਵੇ ਜਿਹੜੇ ਨੇ ਉਹ ਆਪਾਂ ਦੇਖ ਸਕਦੇ ਹਾਂ ਕਿ ਉਸੇ ਵੇਲੇ ਇੱਕਦਮ ਸ਼ੁਰੂ ਹੋ ਜਾਂਦੇ ਨੇ ਵਰਤਾਉਣਾ ਤਾਂ ਕਿ ਕਿਉਂਕਿ ਇੱਥੇ ਜਗ੍ਹਾ ਸਵਾਈ ਆ ਪਰ ਸੇਵਾ ਜਿਹੜੀ ਆ ਉਸੇ ਜੋਸ਼ ਦੇ ਨਾਲ ਹੋ ਰਹੀ ਹੈ ਜਿਵੇਂ ਵੱਡੇ ਪੰਡਾਲਾਂ ਦੇ ਵਿੱਚ ਸੇਵਾ ਚੱਲਦੀ ਹੈ ਸੋ ਦੇਖੋ ਗੁਰੂ ਸਾਹਿਬ ਜੀ ਦੀ ਮਿਹਰ ਰਹਿਮਤ ਅਤੇ ਸੋ ਬੇਅੰਤ ਸੇਵਾਦਾਰ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਹ ਪੰਗਤ ਹੁਣੇ ਸੱਜੀ ਹੈ ਅਤੇ ਵੇਖੋ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਦਾਲਾਂ ਚੌਲ ਜੋ ਵੀ ਸਬਜ਼ੀਆਂ ਖੀਰ ਵਗੈਰਾ ਜੋ ਕੁਝ ਵੀ ਤਿਆਰ ਹੈ ਸਭ ਇੱਕਦਮ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਸੋ ਇਹ ਬੜਾ ਰਹਿਮਤਾਂ ਭਰਿਆ ਸਮਾਂ ਇਸ ਵਕਤ ਜਿਸ ਦੇ ਅਸੀਂ ਦਰਸ਼ਨ ਦੀਦਾਰੇ ਕਰਦੇ ਪਏ ਹਾਂ ਗੁਰਦੁਆਰਾ ਬਾਲੀਲਾ ਵਿਖੇ ਸੋ ਮਹਾਰਾਜ ਜੀ ਦੀ ਲੀਲਾ ਪ੍ਰਤੱਖ ਵਰਤਦੀ ਪਈ ਹੈ ਸੋ ਗੁਰੂ ਬਾਜਾਂ ਵਾਲੇ ਦੀ ਇਹ ਪ੍ਰਤੱਖ ਰਹਿਮਤ
आप जी के नाल साझी करते पे हैं। सतगुर सच्चे पातशाह साडे सारयां ते कृपा करे, साडे घरां दे विच वी अपने प्यार दी लीला इवें ही बख्शिश मेहर करे। तो जिहड़ियां संगतां गुरु प्यार दे विच सेवा भेजदियां ने, दसवंध भेजदियां ने, सो बाबा जी दस रहे सी एक नंबर तो सत्त नंबर तक पंगतां ने, एक नंबर तो लैके सत्त नंबर तक पंगतां वा। इन्हां पंगतां दे विच 100 तो उपर शरीर बहिंदा वा। तो वेखो भौण दा प्रबंध बड़े प्यार नाल कर रहे आ, सिखाउण दा प्रबंध भी बड़े प्यार नाल कर रहे ने, ते ए संगतां नूं बहुत प्यार नाल बोलण रहा जी। बिल्कुल, ये सेवा जिहड़ी आ बड़े प्यार दे नाल हो रही है, तो गुरु साहब कृपा करन। सो आप संगतां बेअंत सेवा भेज दिओ बाबा जी भूरी वाले, जद भी सेवा वास्ते कार सेवा लई जाण जां लंगरां दी सेवा लई जांदे ने यूके जां होर जिथे भी जांदे ने, बेअंत संगतां सेवा भेजदियां ने। सो आप जी दी सेवा जिहड़ी आ इत्थे सफली हुंदी है, तो गुरु साहब जी दी मैं रहमत, सो किरत विरत कर धर्म दी हथों दे कर भला मनावै। सो ये गुरु साहब जी की मेहर प्रतख इस जगह के उपर आप दर्शन कर रहे हैं। सो आप जी भी दर्शन कर रहे हो, गुरु साहब कृपा करन साड़ी सारयां दी हाजरी अपने चरणा कमलों में प्रवान करन। वाहिगुरू जी का खालसा, वाहिगुरू जी की फतेह। सो संगत जी, इस वक्त भाई अजैब सिंह जी अभ्यासी मैंबर धर्म प्रचार कमेटी श्रोमणी गुरुद्वारा प्रबंधक कमेटी, जो कि दमदमी टकसाल के नाल बड़े लंबे अरसे तो सेवा दे विच ने, सो प्रकाश पर्व के मौके पटना साहब पहुँचे हुए हैं। सो भाई साहब कोई बचन गुरु प्यार दे संगतां नाल सांझे करो जी। वाहिगुरू जी का खालसा, वाहिगुरू जी की फतेह। परम सरकारियो गुरु रूप गुरु सवारी साध संगत जीओ, वाहिगुरू जी का खालसा, वाहिगुरू जी की फतेह। सतगुरु जी दे बचन है, मैं हाँ परम पुरख को दासा, देखन आयो जगत तमाशा, याही काज तरा हम जन्मंग, समझ ले हो साधु सब मनमरंग, संतो वारण दुष्ट उपारण, दुष्ट सबन को मूल उपारण, इस सच्चे पातशाह दशमेश पिता साहिब ए कमाल अमृत के दाते, साहिब श्री गुरु गोबिंद सिंह सच्चे पातशाह जी की पावन पवित्र धरती आगमन स्थान तख्त श्री हरिमंदर साहब जी पटना साहब विखे उन्हां दा प्रकाश दिहाड़ा मनाउण वास्ते दूरों दरेडे तो संसार भर दियां सिख संगतां इत्थे नतमस्तक होण वास्ते आ रही ने। सो इत्थे आ करके जिथे संतां महापुरशां दे बेशुमार लंगर चल रहे ने, उत्थे तख्त श्री हरिमंदर साहब पटना साहब विखे भी सो हर तरह के नाल संगतां दीवान दे विच हाजरियां भर रही ने, गुरु साहब दियां खुशियां लै रही ने। सच्चे पातशाह जी ने गुरु खालसा साज करके आप सच्चे पातशाह ने बहुत अपार कृपा की है। सो सतगुरु सच्चे पातशाह जी दी मैं समझदा दूरों दरेडे तो आ करके जिस तरह संगतां बड़े प्यार दे नाल लंगरां दे विच आ करके संगतां लंगर वरता रही ने, संगतां लंगर छक रही ने, दीवाना दियां हाजरियां भर रही ने। सो इस एक किस्म का बहुत ही अजब नज़ारा बनया होया है। सो सच्चे पातशाह जी मेहर करन अपने गुरु खालसे दे उत्ते संसार भर दे विच सिख संगतां, सो इस तरह ही गुरु खालसे दियां चढ़दियां कला होण, खालसे का बोलबाला होवे, खालसा हमेशा ही चढ़दियां कला च रहे गुरु घर का। सो अमृत छक करके गुरु वाले बन और गुरु की बाणी ते बाणे दे धारनी होण, यही संगतां दी अरदास है। सच्चे पातशाह जी मेहर करन, वाहिगुरू जी का खालसा, वाहिगुरू जी की फतेह। सो देश विदेश तो श्रद्धालु इतने पहुँचे हुए हैं, साढ़े नाल इंग्लैंड तो अमरीका आए ने। सो हाउ आर यू फील, यू हैव केम फर्स्ट टाइम टू पटना साहिब? आई हैव व्हाट सॉरी, यू हैव केम फर्स्ट टाइम ओवर हियर? फर्स्ट टाइम टू इंडिया, लेट अलोन टू पटना। सो वी हैव बीन टू दिल्ली फॉर अ फ्यू डेज एंड नाउ वी आर इन पटना विजिटिंग फैमिली, एंड दिस इज द फर्स्ट टाइम आई हैव एक्सपीरियंस्ड द हॉस्पिटैलिटी ऑफ द गुरुद्वारा। It's a beautiful, beautiful thing. How do you feel about it, the hospitality of Gurdwara? It's an astonishing thing. I don't know how many people you feed over the time that people are here, but I assume it's in the tens, hundreds of thousands, and it's an amazing thing. Also, the food is really beautiful. The food is delicious. It's delicious and totally free. Totally free, vegetarian and beautiful and healthy. And it's amazing to me. It's amazing to me. It's an astonishing thing you do. You would like to visit again to Gurdwaras? I will indeed. I live in Wales. We have a Gurdwara in Cardiff in South Wales. And I visit Birmingham a lot. I know there are a lot of Sikh temples in Birmingham. And my friend here is from London. So we will
visit and experience the hospitality, and everybody has been incredibly friendly and lovely to us. A nice experience over here. Fantastic. We still have a few days left. Okay. Yeah. So you enjoy here. Thank you very much. There are several other places over here to visit. Mm-hmm. So have a good night. Thank you very much. Okay. Thank you. So ਇਹਨਾਂ ਨੂੰ ਬੜਾ ਵਧੀਆ ਲੱਗਿਆ। ਬਾਕੀ ਤੁਸੀਂ ਸਾਰੇ ਅੰਗਰੇਜ਼ੀ ਜਾਣਦੇ ਹੋ, ਜਿਹੜੀ ਗੱਲ ਇਹਨਾਂ ਨੇ ਕੀਤੀ ਤੁਹਾਨੂੰ ਪਤਾ ਲੱਗ ਹੀ ਗਈ ਹੋਏਗੀ। ਪਰ ਫਿਰ ਵੀ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਵਾਂ ਕਿ ਪਹਿਲੀ ਵਾਰੀ ਆਏ ਨੇ ਇੰਡੀਆ ਤੇ ਪਹਿਲੀ ਵਾਰੀ ਗੁਰਦੁਆਰਾ ਸਾਹਿਬ ਆਏ ਨੇ। ਇੱਥੇ ਹੈਰਾਨ ਹੋ ਗਏ ਨੇ ਦੇਖ ਕੇ ਕਿ ਹਜ਼ਾਰਾਂ ਲੋਕਾਂ ਨੂੰ ਤੁਸੀਂ ਪ੍ਰਸ਼ਾਦਾ ਛਕਾ ਰਹੇ, ਬੜਾ ਸਵਾਦ ਪ੍ਰਸ਼ਾਦਾ ਛਕਾ ਰਹੇ ਹੋ ਤੇ ਸਾਰੀ ਸੇਵਾ ਨੂੰ ਵੇਖ ਕੇ ਬੜੇ ਅਚੰਭਿਤ ਹੋਏ ਨੇ, ਬੜੇ ਖੁਸ਼ ਨੇ ਤੇ ਦੁਬਾਰਾ ਗੁਰੂ ਘਰ ਵਿੱਚ ਆਉਣਗੇ। ਅਜੇ 5-7 ਦਿਨ ਇੱਥੇ ਨੇ, ਹੋਰ ਵੀ ਗੁਰੂ ਘਰ ਦੇ ਵਿੱਚ ਜਾ ਕੇ ਇੱਥੋਂ ਦਾ ਆਨੰਦ ਮਾਣਨਗੇ।